My name is Vikas and welcome to your own Punjab GK channel, a fully educational hub. ਜਿੱਥੇ ਤੁਹਾਨੂੰ ਪੰਜਾਬ ਦੇ ਐਗਜ਼ਾਮ 'ਚ ਆਉਣ ਵਾਲੀ ਕੰਪਲੀਟ ਜੀ ਕੇ ਕਵਰ ਕਰਵਾਈ ਜਾਊਗੀ। ਪੰਜਾਬ ਗਵਰਨਮੈਂਟ 24 ਮਾਰਚ 2018 ਨੂੰ ਬਜਟ ਪੇਸ਼ ਕਰ ਦੇਗੀ ਐਂਡ ਆਫਟਰ ਦੈਟ ਜੋ ਵੀ ਪੈਂਡਿੰਗ ਐਗਜ਼ਾਮ ਨੇ ਉਹ ਗਵਰਨਮੈਂਟ ਕੰਡਕਟ ਕਰੇਗੀ। ਇਸ ਦੀ ਵੀ ਉਮੀਦ ਲਗਾਈ ਜਾ ਰਹੀ ਹੈ ਅਤੇ ਹੁਣ ਐਗਜ਼ਾਮਸ ਦੀ ਪ੍ਰਿਪਰੇਸ਼ਨ ਬਹੁਤ ਜ਼ਰੂਰੀ ਹੈ ਕਿਉਂਕਿ ਕੰਪਟੀਸ਼ਨ ਦੀ ਕੋਈ ਕਮੀ ਨਹੀਂ ਹੈ ਅਤੇ ਪ੍ਰਿਪਰੇਸ਼ਨ ਡੀਪ ਹੋਣੀ ਬਹੁਤ ਜ਼ਰੂਰੀ ਹੈ। ਸੋ ਲੈਟਸ ਚੈੱਕ ਜੀ ਕੇ ਵਿੱਚ ਕੀ ਆਉਂਦਾ। ਪੰਜਾਬ ਜੀ ਕੇ ਇੰਡੀਅਨ ਹਿਸਟਰੀ, ਇੰਡੀਅਨ ਪੋਲੀਟੀ, ਇੰਡੀਅਨ ਜੋਗ੍ਰਫੀ, ਇੰਡੀਅਨ ਇਕਨੋਮੀ, ਮਿਸਲੇਨੀਅਸ ਦੇ ਵਿੱਚ ਫਰਦਰ ਸਪੋਰਟਸ, ਟੈਕਨੋਲੋਜੀ, ਸਾਇੰਸ ਅਤੇ ਐਪਸ ਵਗੈਰਾ ਦੇ ਉੱਪਰ ਵੀ ਅੱਜ ਕੱਲ੍ਹ ਕੁਸ਼ਚਨ ਆਉਣ ਲੱਗ ਗਏ ਨੇ। ਫਰਦਰ ਪੰਜਾਬ ਜੀ ਕੇ ਇਹਨਾਂ ਪਾਰਟਸ ਦੇ ਵਿੱਚ ਡਿਵਾਈਡ ਕੀਤੀ ਹੋਈ ਹੈ, ਹਿਸਟਰੀ ਆਫ ਪੰਜਾਬ, ਜੋਗ੍ਰਫੀ ਆਫ ਪੰਜਾਬ, ਲੈਂਗੁਏਜ ਐਂਡ ਲਿਟਰੇਚਰ ਆਫ ਪੰਜਾਬ, ਕਲਚਰਲ ਹੈਰੀਟੇਜ ਆਫ ਪੰਜਾਬ, ਐਡਮਿਨਿਸਟ੍ਰੇਟਿਵ ਸੈਟਅਪ ਆਫ ਪੰਜਾਬ, ਇੰਪੋਰਟੈਂਟ ਪਲੇਸਿਸ ਆਫ ਪੰਜਾਬ ਐਂਡ ਇੰਪੋਰਟੈਂਟ ਪਰਸਨਸ ਆਫ ਪੰਜਾਬ। ਅੱਜ ਦਾ ਜੋ ਆਪਣਾ ਟੋਪਿਕ ਹੋਏਗਾ ਉਹ ਹੋਏਗਾ ਲੈਂਗੁਏਜ ਐਂਡ ਲਿਟਰੇਚਰ ਆਫ ਪੰਜਾਬ। ਫਰਦਰ ਇਹਨਾਂ ਸਾਰੇ ਟੋਪਿਕਸ ਦੇ ਉੱਪਰ ਆਪਾਂ ਇੱਕ ਸੈਪਰੇਟ ਵੀਡੀਓ ਜ਼ਰੂਰ ਪਾਵਾਂਗੇ। ਇਸ ਸਾਰੇ ਟੋਪਿਕ ਆਪਾਂ ਪੰਜਾਬ ਜੀ ਕੇ ਦੇ ਵਿੱਚ ਕਵਰ ਕਰਾਂਗੇ। ਮੇਨ ਏਮ ਆਫ ਦਿਸ ਚੈਨਲ, ਮੇਨ ਏਮ ਜੋ ਹੈ ਜੀ ਇਸ ਚੈਨਲ ਦਾ ਇਹੀ ਹੈ ਕਿ ਜੋ ਵੀ ਹੁਣ ਆਪਾਂ ਟੋਪਿਕ ਦੇਖੇ ਨੇ ਉਹਨਾਂ ਸਾਰਿਆਂ ਦੇ ਉੱਪਰ ਤੁਹਾਨੂੰ ਇੱਕ ਕੰਪਲੀਟ ਅਤੇ ਕਰੈਕਟ ਨੌਲੇਜ ਪ੍ਰੋਵਾਈਡ ਕਰਾਈ ਜਾਵੇ। ਕੋਸ਼ਿਸ਼ ਕੀਤੀ ਉਹ ਵੀਡੀਓ ਸ਼ੋਰਟ ਟਾਈਮ ਦੀ ਹੋਵੇ ਅਤੇ ਵੀਡੀਓ ਦੇ ਐਂਡ ਵਿੱਚ ਵੀਡੀਓ ਬੇਸਡ ਹੀ ਐਮ ਸੀ ਕਿਊਜ਼ ਨੇ ਜਿਹਨਾਂ ਨੂੰ ਆਂਸਰ ਕਰਨ ਨਾਲ ਇੱਕ ਤਾਂ ਆਪਣੀ ਰਿਵੀਜ਼ਨ ਹੋ ਜਾਏਗੀ ਪਲੱਸ ਇੱਕ ਕੌਨਫੀਡੈਂਸ ਲੈਵਲ ਬਿਲਡ ਹੋਏਗਾ। ਜੋ ਵੀ ਆਪਾਂ ਸਿਲੇਬਸ ਕਵਰ ਕਰਾਂਗੇ ਉਹ ਤੁਹਾਨੂੰ ਆਉਣ ਵਾਲੇ ਇਹਨਾਂ ਐਗਜ਼ਾਮ ਦੇ ਵਿੱਚ ਹੈਲਪ ਕਰੇਗਾ। ਪੀਟਰ ਪਲੱਸ ਬੀ ਕਲਰਕ, ਪੀਟਰ ਪਲੱਸ ਬੀ ਕਾਂਗੋ, PCS, PPSC ਇੰਸਪੈਕਟਰ ਅਤੇ ਪੰਜਾਬ ਸਟੇਟ ਦਾ ਕੋਈ ਵੀ ਐਗਜ਼ਾਮ ਆਉਂਦਾ ਉਹ ਸਾਰਿਆਂ ਦੇ ਵਿੱਚ ਇਹ ਵੀਡੀਓਜ਼ ਤੁਹਾਨੂੰ ਹੈਲਪ ਕਰਨਗੀਆਂ। ਸ਼ੁਰੂ ਕਰਦੇ ਹਾਂ ਦ ਲੈਕਚਰ। ਇੱਕ ਗੱਲ ਹੁਣੀ ਦੱਸਦਾ, ਵੀਡੀਓ ਦੇ ਐਂਡ ਵਿੱਚ ਐਮ ਸੀ ਕਿਊਜ਼ ਨੇ ਜੋ ਇਸੀ ਟੋਪਿਕ ਦੇ ਉੱਪਰ ਹੋਣਗੇ, ਤਾਂ ਬੈਟਰ ਵੀਡੀਓ ਨੂੰ ਹੁਣੀ ਧਿਆਨ ਨਾਲ ਦੇਖੋ ਤਾਂ ਜੋ ਐਮ ਸੀ ਕਿਊਜ਼ ਨੂੰ ਆਪ ਹੀ ਆਂਸਰ ਕਰ ਸਕੋ। ਚਲੋ ਸ਼ੁਰੂ ਕਰਦੇ ਫਿਰ। ਫੀਚਰ ਆਫ ਪੰਜਾਬੀ ਲੈਂਗੁਏਜ, ਪੰਜਾਬੀ ਇਜ਼ ਦ ਫਸਟ ਓਫੀਸ਼ੀਅਲ ਲੈਂਗੁਏਜ ਆਫ ਪੰਜਾਬ। ਜੋ ਪੰਜਾਬੀ ਹੈ ਉਹ ਆਪਣੀ ਫਸਟ ਓਫੀਸ਼ੀਅਲ ਲੈਂਗੁਏਜ ਹੈ। ਤੇਲੰਗਾਨਾ ਦੀਆਂ ਦੋ ਓਫੀਸ਼ੀਅਲ ਲੈਂਗੁਏਜਿਸ ਨੇ, ਇੱਕ ਤੇਲਗੂ ਅਤੇ ਸੈਕਿੰਡ ਹੈਗੀ ਉਹਨਾਂ ਦੀ ਉਰਦੂ, ਬਟ ਪੰਜਾਬ ਦੀ ਇੱਕ ਓਫੀਸ਼ੀਅਲ ਲੈਂਗੁਏਜ ਜੋ ਕਿ ਹੈ ਪੰਜਾਬੀ, ਅਤੇ ਇਸੀ ਕਰਕੇ ਉਹ ਆਪਣੀ ਫਸਟ ਓਫੀਸ਼ੀਅਲ ਲੈਂਗੁਏਜ ਹੈ। ਉਹਨਾਂ ਦੀ ਫਸਟ ਓਫੀਸ਼ੀਅਲ ਲੈਂਗੁਏਜ ਹੈ ਤੇਲਗੂ ਅਤੇ ਸੈਕਿੰਡ ਆਉਂਦੀ ਹੈ ਉਰਦੂ, ਅਤੇ ਉਹਨਾਂ ਦੀ ਪ੍ਰੈਫਰੈਂਸ ਜੋ ਹੈ ਤੇਲਗੂ ਹੈ, ਬਟ ਜਿਹੜੀ ਆਪਣੀ ਪ੍ਰੈਫਰੈਂਸ ਉਹ ਪੰਜਾਬੀ ਹੈ, ਇਸ ਕਰਕੇ ਆਪਣੀ ਜਿਹੜੀ ਫਸਟ ਓਫੀਸ਼ੀਅਲ ਲੈਂਗੁਏਜ ਹੈ ਉਹ ਹੈ ਪੰਜਾਬੀ। ਪੰਜਾਬੀ ਨੂੰ ਲਿਖਣ ਵਾਸਤੇ ਲਿਪੀ ਜਿਹੜੀ ਹੈ ਫਿਰ ਸਕ੍ਰਿਪਟ ਜੋ ਯੂਜ਼ ਆਪਾਂ ਕਰਦੇ ਹਾਂ ਉਹ ਹੈਗੀ ਹੈ ਗੁਰਮੁਖੀ ਇਨ ਇੰਡੀਆ ਐਂਡ ਸ਼ਾਹਮੁਖੀ ਇਨ ਪਾਕਿਸਤਾਨ। ਪੰਜਾਬੀ ਨੂੰ 35 ਅੱਖਰੀ ਵੀ ਕਿਹਾ ਜਾਂਦਾ ਹੈ, ਰੀਜ਼ਨ ਵੀ ਇਸਦੇ 35 ਲੈਟਰ ਸੀਗੇ। ਉਹ 35 ਲੈਟਰ 7 ਗਰੁੱਪਸ ਦੇ ਵਿੱਚ ਡਿਵਾਈਡ ਕੀਤੇ ਹੋਏ ਨੇ ਅਤੇ ਹਰੇਕ ਗਰੁੱਪ ਦੇ ਵਿੱਚ 5-5 ਲੈਟਰਸ ਨੇ। ਇਹ ਆਪਣੇ ਆ ਗਏ 35 ਲੈਟਰਸ ਅਤੇ ਇਹ ਆ ਗਏ ਆਪਣੇ 7 ਗਰੁੱਪ ਅਤੇ ਉਹਨਾਂ ਵਿੱਚੋਂ ਇਹ 5-5 ਲੈਟਰਸ ਆ ਗਏ। ਇਸ ਦੇ ਵਿੱਚੋਂ ਊੜਾ ਆੜਾ ਈੜੀ ਜੋ ਹਨ ਪਹਿਲੇ 3 ਉਹ ਕੀ ਨੇ, ਸਵਰ ਅਤੇ ਵੋਲਸ। ਇਹ ਵਰਡ ਹੁਣੀ ਯਾਦ ਕਰ ਲਓ, ਇਹ ਨਾ ਹੋਵੇ ਕਿ ਬਾਅਦ 'ਚ ਦਿੱਕਤ ਆਵੇ। ਜਿਵੇਂ ਪੰਜਾਬ ਬਿਜਲੀ ਬੋਰਡ ਦਾ ਜਿਹੜਾ ਐਗਜ਼ਾਮ ਹੋਇਆ ਸੀ ਉਸਦੇ ਵਿੱਚ ਸਾਰਾ ਦਾ ਸਾਰਾ ਟੋਪਿਕ ਇੰਗਲਿਸ਼ ਦੇ ਵਿੱਚ ਆਇਆ ਸੀ ਜੋ ਕਿ ਬੱਚਿਆਂ ਨੂੰ ਬਾਅਦ 'ਚੋਂ ਬਹੁਤ ਪ੍ਰੋਬਲਮ ਆਈ। ਇਹ ਦਿੱਕਤ ਤੁਹਾਨੂੰ ਨਾ ਆਵੇ, ਇਸੇ ਕਰਕੇ ਹੁਣੀ ਤੋਂ ਪੰਜਾਬੀ ਅਤੇ ਇੰਗਲਿਸ਼ ਦੋਨੋਂ ਨਾਲ ਲੈ ਕੇ ਚੱਲੋ। ਊੜਾ ਆੜਾ ਈੜੀ ਕੀ ਹੁੰਦੇ ਨੇ ਜੀ, ਸਵਰ ਅਤੇ ਵੋਲਸ, ਅਤੇ ਬਾਕੀ ਦੇ ਜਿਹੜੇ 32 ਲੈਟਰਸ ਨੇ ਉਹ ਕੀ ਹੋ ਜਾਂਦੇ ਨੇ, ਆਪਣੇ ਕੌਨਸੋਨੈਂਟਸ ਯਾਨੀ ਕਿ ਵਿਅੰਜਨ। ਪਰਸ਼ੀਅਨ ਅਤੇ ਅਰੇਬਿਕ ਲੈਂਗੁਏਜਿਸ ਦਾ ਆਪਣੇ ਉੱਪਰ ਇਨਫਲੂਐਂਸ ਹੋਣ ਕਰਕੇ 6 ਲੈਟਰਸ ਆਪਾਂ ਹੋਰ ਐਡ ਕੀਤੇ ਜੋ ਕਿ ਬਿੰਦੀ ਵਾਲੇ ਨੇ, ਅਤੇ ਹੁਣ ਟੋਟਲ 41 ਬਣ ਗਏ। ਉਹ ਕਿਹੜੇ ਕਿਹੜੇ ਲੈਟਰਸ ਨੇ, ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਅਤੇ ਲੱਲੇ ਪੈਰ ਬਿੰਦੀ। ਇਹ ਜੋ ਹੈ ਕੁਐਸਚਨ ਡਾਇਰੈਕਟਲੀ ਪਹਿਲਾਂ ਵੀ ਆਇਆ ਹੋਇਆ, ਪੰਜਾਬੀ ਇਜ਼ ਡਿਸੈਂਡੈਂਟ ਫਰੋਮ ਸਵਾਸਿਨੀ ਔਰ ਸੌਰਾਸਿਨੀ ਪ੍ਰਾਕ੍ਰਿਤ। ਜੋ ਆਪਣੀ ਪੰਜਾਬੀ ਦਾ ਪਿਛਲਾ ਰੂਪ ਸੀਗਾ ਉਹ ਸਵਾਸਿਨੀ ਸੀ ਜਾਂ ਫਿਰ ਸੌਰਾਸਿਨੀ ਪ੍ਰਾਕ੍ਰਿਤ।
इंडिया दे विच पंजाबी दा 11th नंबर है, जिवें हिंदी अपनी नैशनल लैंग्वेज है इस करके वह नंबर वन ते है। उसी तरह अकॉर्डिंग टू पॉपुलरिटी या फिर अकॉर्डिंग टू पॉपुलेशन अपना पंजाबी दा नंबर 11th है इंडिया दे विच। उसी तरह इंग्लैंड ते वेल्स दे विच वह फोर्थ नंबर ते आउंदी है ते कैनेडा विच वह थर्ड नंबर ते आउंदी है। ਇਹ ਹੁਣ ਹਾਈ ਕੋਰਟ ਦਾ ਜਿਹੜਾ ਐਗਜ਼ਾਮ ਹੋਇਆ ਸੀਗਾ ਉਸਦੇ ਵਿੱਚ ਵੀ ਇਹ ਕੁਸ਼ਚਨ ਆਇਆ ਹੋਇਆ ਜੀ ਕਿ ਕੈਨੇਡਾ ਦੇ ਵਿੱਚ ਪੰਜਾਬੀ ਦਾ ਕਿੰਨਵਾਂ ਨੰਬਰ ਆਉਂਦਾ ਹੈ। ਇਸ ਕਰਕੇ ਯਾਦ ਰੱਖੋ ਕਿ ਅੱਗੇ ਐਂਡ ਵਿੱਚ ਐਮ ਸੀ ਕਿਊਜ਼ ਵੀ ਨੇ। ਅੱਗੇ ਆਉਂਦੇ ਡਾਇਲੈਕਟਸ। ਡਾਇਲੈਕਟਸ ਹੁੰਦੇ ਉਪ ਬੋਲੀਆਂ। ਪੰਜਾਬੀ ਦਾ ਰੂਪ ਜਦੋਂ ਚੇਂਜ ਹੋ ਜਾਂਦਾ ਉਹ ਡਿਫਰੈਂਟ ਡਿਫਰੈਂਟ ਉਪ ਬੋਲੀਆਂ ਦੇ ਵਿੱਚ ਤਬਦੀਲ ਹੋ ਜਾਂਦੀ ਹੈ। ਪੰਜਾਬੀ ਦੀਆਂ ਟੋਟਲ 6 ਉਪ ਬੋਲੀਆਂ ਨੇ ਜੀ, ਅਤੇ ਉਹ ਕਿਹੜੀ ਕਿਹੜੀ ਉਪ ਬੋਲੀਆਂ ਨੇ? ਮਾਝੀ, ਮਲਵਈ, ਦੁਆਬੀ, ਪੁਆਧੀ, ਪੋਠੋਹਾਰੀ ਅਤੇ ਮੁਲਤਾਨੀ। ਇਹ ਜਿਹੜੇ ਵੀ ਇਹਨਾਂ ਨੂੰ ਨਾਮ ਦਿੱਤੇ ਗਏ ਨੇ ਅਕੋਰਡਿੰਗ ਟੂ ਰੀਜਨ ਦਿੱਤੇ ਗਏ ਨੇ। ਜੋ ਮਾਝੀ ਹੈ ਉਹ ਮਾਝਾ ਰੀਜਨ 'ਚ ਬੋਲੀ ਜਾਂਦੀ ਹੈ, ਇਸੇ ਕਰਕੇ ਉਸਨੂੰ ਮਾਝੀ ਵੀ ਕਿਹਾ ਗਿਆ। ਮਾਝਾ ਨੂੰ ਜੋ ਆਪਣਾ ਰੀਜਨ ਹੈ ਉਸਨੂੰ ਹਾਰਟ ਆਫ ਪੰਜਾਬ ਵੀ ਕਿਹਾ ਜਾਂਦਾ ਹੈ। ਫਰਦਰ ਮਾਝੀ ਨੂੰ ਰਿਚੈਸਟ ਉਪ ਬੋਲੀ ਦਾ ਵੀ ਖਿਤਾਬ ਮਿਲਿਆ ਹੋਇਆ। ਇਹ ਵੀ ਇੱਕ ਕੁਸ਼ਚਨ ਹੈ ਕਿ ਮਾਝੀ ਨੂੰ ਰਿਚੈਸਟ ਉਪ ਬੋਲੀ ਦਾ ਖਿਤਾਬ ਮਿਲਿਆ ਹੋਇਆ। ਜੋ ਹੁਣ ਮਾਝਾ ਰੀਜਨ ਹੈ ਉਹ ਕਿਹੜੇ ਡਿਸਟ੍ਰਿਕਟਸ ਨਾਲ ਬਣਦਾ ਹੈ? ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ। ਈਜ਼ੀਲੀ ਲਰਨ ਕਰਨ ਵਾਸਤੇ ਮਾਝੀ ਵਾਸਤੇ ਟੈਗ ਜਿਹੜਾ ਆਪਾਂ ਕਹਿੰਦੇ ਹਾਂ ਫੇਸਬੁੱਕ 'ਤੇ ਦਿੰਦੇ ਹਾਂ ਹੈਸ਼ਟੈਗ, ਉਹ ਯਾਦ ਕਰ ਲਓ ਟੈਗ ਪੀ। ਟੈਗ ਤੋਂ ਆ ਜਾਏਗਾ ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਾਸਤੇ ਪੀ। ਮਲਵਈ ਜੋ ਹੈ ਉਹ ਮਾਲਵਾ ਰੀਜਨ 'ਚ ਬੋਲੀ ਜਾਂਦੀ ਹੈ। ਮਾਲਵਾ ਰੀਜਨ ਜੋ ਕਿ ਹੈ ਈਸਟਰਨ ਪਾਰਟ ਹੈ ਪੰਜਾਬ ਦਾ। ਇਸ ਦੇ ਵਿੱਚ ਕੀ ਆਉਂਦੇ ਨੇ? ਫਰੀਦਕੋਟ, ਫਜ਼ਿਲਕਾ, ਫਿਰੋਜ਼ਪੁਰ, ਸੰਗਰੂਰ, ਮੁਕਤਸਰ, ਪਟਿਆਲਾ, ਲੁਧਿਆਣਾ ਅਤੇ ਬਰਨਾਲਾ, ਯਾਨੀ ਕਿ ਟ੍ਰਿਪਲ ਐੱਫ, ਐੱਸ ਐੱਮ ਪੀ ਐੱਲ ਅਤੇ ਬੀ। ਟ੍ਰਿਪਲ ਐੱਫ ਇਸ ਕਰਕੇ ਕਿਉਂਕਿ ਐੱਫ ਹੋਰ ਕਿਤੇ ਵੀ ਨਹੀਂ ਹੈ ਅੱਗੇ, ਅਤੇ ਐੱਫ ਜਿਹੜੇ ਵੀ ਨੇ ਉਹ ਇੱਥੇ ਹੀ ਨੇ। ਇਸ ਕਰਕੇ ਫਰੀਦਕੋਟ, ਫਜ਼ਿਲਕਾ, ਫਿਰੋਜ਼ਪੁਰ, ਟ੍ਰਿਪਲ ਐੱਫ ਅਤੇ ਐੱਸ ਐੱਮ ਪੀ ਐੱਲ ਨੂੰ ਯਾਦ ਕਰਨ ਵਾਸਤੇ ਸੈਂਪਲ ਬੀ ਯਾਦ ਕਰ ਲਓ। ਇਸ 'ਚੋਂ ਇਹ ਸਕਿੱਪ ਕਰ ਦਿਉ ਵੀ ਸੈਂਪਲ ਬੀ ਜੋ ਹੈ ਜੋ ਕਿ ਸੰਗਰੂਰ, ਮੁਕਤਸਰ, ਪਟਿਆਲਾ, ਲੁਧਿਆਣਾ ਸੈਂਪਲ ਅਤੇ ਬੀ ਤੋਂ ਬਰਨਾਲਾ। ਨੈਕਸਟ ਆਈ ਦੀ ਦੁਆਬੀ। ਦੁਆਬੀ ਜੋ ਹੈ ਉਹ ਦੁਆਬਾ ਰੀਜਨ 'ਚ ਬੋਲੀ ਜਾਂਦੀ ਹੈ। ਦੁਆਬਾ ਜੋ ਰੀਜਨ ਹੁੰਦਾ ਉਹ ਦੁਆਬਾ ਦੇ ਵਿੱਚ ਵਾਲੇ ਨੂੰ ਕਹਿ ਦਿੰਦੇ ਨੇ। ਇਹ ਸਾਰਾ ਟੋਪਿਕ ਆਪਾਂ ਜੋਗ੍ਰਾਫੀ ਵਿੱਚ ਵੀ ਕਵਰ ਕਰਾਂਗੇ, ਬਟ ਫਿਰ ਵੀ ਤੁਹਾਨੂੰ ਦੱਸ ਦਿੰਦਾ ਵੀ ਬਿਆਸ ਅਤੇ ਜੋ ਸਤਲੁਜ ਨੇ ਉਹ ਦੋ ਰੀਵਰ ਨੇ ਜਿਹਦੇ ਵਿੱਚ ਕਿ ਦੁਆਬਾ ਰੀਜਨ ਪੈਂਦਾ ਹੈ। ਇਹ ਵੀ ਇੱਕ ਕੁਸ਼ਚਨ ਪਹਿਲਾਂ ਆਇਆ ਹੋਇਆ ਕਿ ਉਹ ਕਿਹੜੇ ਦੋ ਰੀਵਰ ਨੇ ਜਿਹਦੇ ਵਿੱਚ ਦੁਆਬਾ ਰੀਜਨ ਪੈਂਦਾ ਹੈ, ਅਤੇ ਕਿਹੜੇ ਕਿਹੜੇ ਡਿਸਟ੍ਰਿਕਟਸ ਹੁੰਦੇ ਨੇ? ਹੁਸ਼ਿਆਰਪੁਰ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਅਤੇ ਕਪੂਰਥਲਾ। ਇਸ ਨੂੰ ਈਜ਼ੀਲੀ ਯਾਦ ਕਰਨ ਵਾਸਤੇ ਹੇ ਜਸਟ ਕਿਡਿੰਗ ਨੂੰ ਯਾਦ ਕਰ ਲਓ। ਹੇ 'ਚੋਂ ਤੁਸੀਂ ਐੱਚ ਕੱਢ ਲਓ, ਜਸਟ 'ਚੋਂ ਜੇ ਅਤੇ ਐੱਸ ਕੱਢ ਲਓ, ਕਿਡਿੰਗ 'ਚੋਂ ਕੇ ਕੱਢ ਲਓ, ਜੋ ਵੀ ਨੇ ਦੁਆਬਾ ਰੀਜਨ 'ਚ ਆਉਣਗੇ। ਉਸ ਤੋਂ ਨੈਕਸਟ ਪੌਦੀ। ਪੌਦੀ ਜੋ ਹੈ ਉਹ ਪੌਦ ਦੇ ਏਰੀਏ ਵਿੱਚ ਬੋਲੀ ਜਾਂਦੀ ਹੈ। ਇਸ ਨੂੰ ਈਜ਼ੀਲੀ ਲਰਨ ਕਰਨ ਵਾਸਤੇ ਕੇ ਕੇ ਆਰ ਆਰ, ਖਰੜ, ਕੁਰਾਲੀ, ਰੂਪਨਗਰ, ਰੋਪੜ ਨੂੰ ਵੀ ਕਿਹਾ ਜਾਂਦਾ ਰੂਪਨਗਰ ਜੀ, ਅਤੇ ਰਾਜਪੁਰਾ। ਨੈਕਸਟ ਆਈ ਦੀ ਪੋਠੋਹਾਰੀ ਅਤੇ ਮੁਲਤਾਨੀ। ਇਹ ਦੋਨੋਂ ਹੁਣ ਇਕੱਲੇ ਪਾਕਿਸਤਾਨ 'ਚ ਹੀ ਬੋਲੀਆਂ ਜਾਂਦੀਆਂ ਨੇ। ਪਾਕਿਸਤਾਨ ਸੋਚ ਕੇ ਛੱਡ ਨਾ ਦਿਓ, ਇਹ ਜ਼ਿਆਦਾ ਇੰਪੋਰਟੈਂਟ ਹੈ। ਰੀਜ਼ਨ ਇਹ ਕਿ ਆਪਣੀ ਪੰਜਾਬੀ ਕਿਸੇ ਹੋਰ ਕੰਟਰੀ 'ਚ ਵੀ ਬੋਲੀ ਜਾਂਦੀ ਹੈ, ਪਰ ਪੋਠੋਹਾਰੀ ਕਿੱਥੇ ਬੋਲੀ ਜਾਂਦੀ? ਰਾਵਲਪਿੰਡੀ 'ਚ। ਇਹ ਇੰਪੋਰਟੈਂਟ ਹੈ, ਇਹ ਵੀ ਇੱਕ ਐਗਜ਼ਾਮ 'ਚ ਆਇਆ ਹੋਇਆ ਕੁਸ਼ਚਨ ਹੈ। ਅਤੇ ਮੁਲਤਾਨੀ ਕਿੱਥੇ ਬੋਲੀ ਜਾਂਦੀ ਹੈ? ਡੇਰਾ ਗਾਜ਼ੀ 'ਚ। ਪੰਜਾਬੀ ਲਿਟਰੇਚਰ ਦੋ ਪਾਰਟਸ ਵੀ ਡਿਵਾਈਡ ਕੀਤਾ ਹੋਇਆ, ਅਰਲੀ ਪੰਜਾਬੀ ਲਿਟਰੇਚਰ ਅਤੇ ਮਾਡਰਨ ਪੰਜਾਬੀ ਲਿਟਰੇਚਰ। ਅਰਲੀ ਪੰਜਾਬੀ ਲਿਟਰੇਚਰ ਦੇ ਵਿੱਚ ਗੁਰਮਤ ਕਾਵਿ, ਸੂਫੀ ਕਾਵਿ, ਕਿੱਸਾ ਕਾਵਿ ਅਤੇ ਬਿਰ ਕਾਵਿ ਆ ਜਾਂਦੇ ਨੇ। ਮਾਡਰਨ ਪੰਜਾਬੀ ਲਿਟਰੇਚਰ ਦੇ ਵਿੱਚ ਪੋਇਟਸ, ਨੋਵਲਿਸਟਸ, ਪਲੇ ਰਾਈਟਰ ਅਤੇ ਸ਼ਾਰਟ ਸਟੋਰੀ ਰਾਈਟਰ ਆ ਜਾਂਦੇ ਨੇ। ਗੁਰਮਤ ਕਾਵਿ ਜੋ ਵਰਡ ਹੈ ਉਹ ਦੋ ਵਰਡਸ ਨਾਲ ਬਣਿਆ ਹੈ, ਗੁਰੂ ਅਤੇ ਮਤ, ਭਾਵ ਗੁਰੂ ਜੀ ਦੀ ਸੋਚ, ਉਹਨਾਂ ਦੇ ਵਿਚਾਰ, ਜੋ ਵੀ ਹਿਊਮੈਨਿਟੀ ਵਾਸਤੇ ਉਹਨਾਂ ਨੇ ਦਿੱਤੇ ਆਦੇਸ਼, ਉਹ ਸਭ ਕੁਝ ਗੁਰਮਤ ਕਾਵਿ ਵਿੱਚ ਆ ਜਾਂਦੇ ਨੇ। ਸੂਫੀ ਕਾਵਿ ਦੇ ਵਿੱਚ ਗੁਰੂ ਦੇ ਲੜ ਲੱਗਣ ਦਾ ਆਦੇਸ਼ ਦਿੱਤਾ ਗਿਆ ਹੈ। ਕਿੱਸਾ ਕਾਵਿ ਦੇ ਵਿੱਚ ਜੋ ਵੀ ਪੰਜਾਬੀ ਦੇ ਫੇਮਸ ਕਿੱਸੇ ਰਹੇ ਨੇ, ਜਿਵੇਂ ਕਿ ਹੀਰ ਰਾਂਝਾ, ਸੱਸੀ ਪੁੰਨੂ ਵਗੈਰਾ, ਉਹ ਕਿੱਸਾ ਕਾਵਿ ਵਿੱਚ ਆਉਂਦੇ ਨੇ। ਅਤੇ ਬਿਰ ਕਾਵਿ ਮਾਸ਼ਰ ਪੋਇਟਰੀ ਹੁੰਦੀ ਹੈ, ਭਾਵ ਜੋ ਕਵੀ ਹੁੰਦਾ ਹੈ ਉਹ ਤਾਰੀਫ ਕਰਦਾ ਹੈ ਗੁਰੂ ਦੀ ਜਾਂ ਰੱਬ ਦੀ, ਜਾਂ ਫਿਰ ਜੋ ਵੀ ਉਸ ਟਾਈਮ ਦੇ ਫੇਮਸ ਜੋ ਯੋਧੇ ਰਹੇ ਸੀ ਉਹਨਾਂ ਬਾਰੇ ਦੱਸਦਾ ਹੈ ਕਿ ਉਹ ਕਿਵੇਂ ਦੇ ਸੀ, ਕੀ ਉਹਨਾਂ ਦਾ ਸੁਭਾਅ ਸੀ, ਜਾਂ ਫਿਰ ਕੋਈ ਯੋਧਾ ਕਿਵੇਂ ਲੜਿਆ ਸੀ, ਕਿਹਨੂੰ ਕਿਹਨੂੰ ਉਹਨੇ ਹਰਾਇਆ, ਇਹ ਸਭ ਕੁਝ ਮਾਸ਼ਰ ਪੋਇਟਰੀ ਦੇ ਵਿੱਚ ਆ ਜਾਂਦਾ ਹੈ। ਜਿਵੇਂ ਕਿ ਮੈਂ ਦੱਸਿਆ ਤੁਹਾਨੂੰ, ਗੁਰਮਤ ਕਾਵਿ ਦੇ ਵਿੱਚ ਗੁਰੂ ਜੀ ਦੀ ਬਾਣੀ ਹੁੰਦੀ ਹੈ, ਅਤੇ ਗੁਰੂ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਤਾਂ ਚਲੋ ਜਾਣੀਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਰੇ।
ਇਹ ਸਾਰੀ ਸਲਾਈਡ ਬਹੁਤ ਇੰਪੋਰਟੈਂਟ ਹੈ, ਇਸ ਕਰਕੇ ਆਪਾਂ ਇਸਦਾ ਵਰਡ ਟੂ ਵਰਡ ਅੱਛੀ ਤਰ੍ਹਾਂ ਲਰਨ ਕਰਨਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੋਣ ਦੇ ਨਾਲ ਨਾਲ ਪੰਜਾਬੀ ਲਿਟਰੇਚਰ ਦਾ ਬਹੁਤ ਇੰਪੋਰਟੈਂਟ ਪਾਰਟ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਭਾਵ ਆਦਿ ਗ੍ਰੰਥ ਦੀ ਰਚਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਅਤੇ ਉਹਨਾਂ ਹੁਕਮਾਂ ਅਨੁਸਾਰ ਭਾਈ ਗੁਰਦਾਸ ਜੀ ਨੇ ਇਸ ਨੂੰ ਲਿਖਤੀ ਰੂਪ ਦਿੱਤਾ। ਇਸ ਵਿੱਚ ਪਹਿਲੇ 5 ਸਿੱਖ ਗੁਰੂਆਂ ਦੀ ਬਾਣੀ, 4 ਗੁਰਸਿੱਖਾਂ ਦੀ ਬਾਣੀ, 15 ਭਗਤਾਂ ਦੀ ਬਾਣੀ ਅਤੇ 11 ਭੱਟਾਂ ਦੀ ਬਾਣੀ ਦਰਜ ਕੀਤੀ ਗਈ। 5ਵੀਂ ਪਾਤਸ਼ਾਹੀ ਤੋਂ ਲੈ ਕੇ 9ਵੀਂ ਪਾਤਸ਼ਾਹੀ ਤੱਕ ਇਸਦਾ ਇਹੀ ਰੂਪ ਰਿਹਾ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੇ 115 ਸ਼ਬਦ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਐਡ ਕੀਤੇ, ਜਿਸ ਕਰਕੇ ਆਦਿ ਗ੍ਰੰਥ ਨੂੰ ਦਮਦਮੀ ਬਿਰਧ ਦਾ ਵੀ ਨਾਮ ਮਿਲਿਆ। ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 7 ਅਕਤੂਬਰ 1708 ਈਸਵੀ ਨੂੰ ਨਾਂਦੇੜ ਸਾਹਿਬ ਵਿਖੇ ਜੋਤੀ ਜੋਤ ਸਮਾਉਣ ਸਮੇਂ ਆਦਿ ਗ੍ਰੰਥ ਨੂੰ ਗੁਰਗੱਦੀ ਪ੍ਰਦਾਨ ਕੀਤੀ, ਜਿਸ ਕਰਕੇ ਆਦਿ ਗ੍ਰੰਥ ਦਾ ਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੋ ਗਿਆ। ਅਤੇ ਜਿਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਨੇ 115 ਸ਼ਬਦ ਆਪਣੇ ਪਿਤਾ ਜੀ ਦੇ ਇਸ ਵਿੱਚ ਐਡ ਕਰਵਾਏ, ਉਸ ਟਾਈਮ ਜੋ ਰਾਈਟਰ ਸੀ ਉਹ ਸੀ ਭਾਈ ਮਣੀ ਸਿੰਘ ਜੀ। ਹੁਣ ਇਸ ਵਿੱਚ 6 ਗੁਰੂਆਂ ਦੀ ਬਾਣੀ, 4 ਗੁਰਸਿੱਖਾਂ ਦੀ ਬਾਣੀ, 15 ਭਗਤਾਂ ਦੀ ਬਾਣੀ ਅਤੇ 11 ਭੱਟਾਂ ਦੀ ਬਾਣੀ ਦਰਜ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੂਰਾ ਮੂਲ ਮੰਤਰ 33 ਵਾਰ, ਇੱਕ ਓਮਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ 8 ਵਾਰ ਅਤੇ ਇੱਕ ਓਮਕਾਰ ਸਤਿਗੁਰ ਪ੍ਰਸਾਦ 523 ਵਾਰ ਲਿਖਿਆ ਆਉਂਦਾ ਹੈ। ਸਾਰੇ ਹੀ ਗੁਰੂਆਂ ਦੇ ਸ਼ਬਦ ਨਾਨਕ ਦੇ ਨਾਂ ਹੇਠ ਹਨ, ਪਰ ਕਿਹੜਾ ਸ਼ਬਦ ਕਿਹੜੇ ਗੁਰੂ ਸਾਹਿਬ ਦਾ ਹੈ ਇਹ ਦੱਸਣ ਲਈ ਸ਼ਬਦਾਂ ਦੇ ਨਾਲ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ, ਮਹੱਲਾ ਨੌਵਾਂ ਲਿਖ ਦਿੱਤਾ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਟੋਟਲ 1430 ਅੰਗ ਹਨ। ਅੰਗ ਦਾ ਮਤਲਬ ਹੁੰਦਾ ਪੇਜਿਸ, ਬਟ ਮੈਂ ਵਰਡ ਅੰਗ ਹੀ ਯੂਜ਼ ਕਰੂੰਗਾ। ਟੋਟਲ 31 ਰਾਗਾਂ ਨੇ ਜੀ ਅਤੇ 22 ਵਰਾਂ ਨੇ। 22-12 ਵਰਾਂ ਵਿੱਚੋਂ 21 ਗੁਰੂ ਸਾਹਿਬਾਨ ਦੀਆਂ ਹਨ ਅਤੇ 1 ਜੋ ਹੈ ਵਰ ਉਹ ਬਲਵੰਡ ਅਤੇ ਸਤਹਿ ਨਾਂ ਦੇ ਡੂਮਾਂ ਦੀ ਲਿਖੀ ਹੋਈ ਹੈ। ਅੰਗ 1 ਤੋਂ ਲੈ ਕੇ 13 ਤੱਕ ਨਿਤਨੇਮ ਦੀਆਂ ਬਾਣੀਆਂ, ਅੰਗ 13 ਤੋਂ ਲੈ ਕੇ 1353 ਤੱਕ ਰਾਗ 'ਚ ਬਾਣੀਆਂ, ਅੰਗ 1353 ਤੋਂ ਲੈ ਕੇ 1430 ਤੱਕ ਰਾਗ ਮੁਕਤ ਬਾਣੀਆਂ ਨੇ ਜੀ। ਇਹ ਲਾਈਨ ਇੰਪੋਰਟੈਂਟ ਹੈ। ਇਟ ਇਜ਼ ਦਾ ਓਨਲੀ ਯੂਨੀਵਰਸਲ ਗ੍ਰੰਥ ਦੈਟ ਕੰਟੇਨਸ ਹਾਇਮਸ ਆਫ ਬੋਥ ਹਿੰਦੂ ਐਂਡ ਮੁਸਲਿਮ ਸੇਂਟਸ। ਹੁਣ ਐਗਜ਼ਾਮ ਪੁਆਇੰਟ ਆਫ ਵਿਊ 'ਤੇ ਇਸਦੇ ਵਿੱਚ ਕਾਫ਼ੀ ਕੁਸ਼ਚਨ ਬਣਦੇ ਨੇ। ਗੁਰਗੱਦੀ ਦੀ ਡੇਟ ਕੀ ਸੀ ਜੀ, ਇੱਕ ਤਾਂ ਇਹ ਇੰਪੋਰਟੈਂਟ ਹੈ। ਗੁਰੂ ਗ੍ਰੰਥ ਸਾਹਿਬ ਨੂੰ ਕਦੋਂ ਗੁਰਗੱਦੀ ਮਿਲੀ ਇਹ ਇੰਪੋਰਟੈਂਟ ਹੈ। ਡੇਟ 7 ਅਕਤੂਬਰ 1708 ਈਸਵੀ। ਕਿਸ ਜਗ੍ਹਾ 'ਤੇ ਦਿੱਤੀ ਗਈ ਸੀ, ਨਾਂਦੇੜ ਸਾਹਿਬ ਮਹਾਰਾਸ਼ਟਰ, ਠੀਕ ਹੈ ਜੀ, ਇਹ ਬਹੁਤ ਇੰਪੋਰਟੈਂਟ ਹੈ। ਆਦਿ ਗ੍ਰੰਥ ਦੇ ਰਾਈਟਰ ਕੌਣ ਸੀ ਜੀ, ਭਾਈ ਗੁਰਦਾਸ ਜੀ, ਕੰਪਾਈਲਡ ਬਾਏ ਗੁਰੂ ਅਰਜਨ ਦੇਵ ਜੀ, ਪੰਜਾਬੀ 'ਚ ਸੰਪਾਦਨ, ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਦਮਦਮੀ ਬਿਰਧ ਦੇ ਰਾਈਟਰ ਭਾਈ ਮਣੀ ਸਿੰਘ ਜੀ, ਠੀਕ ਹੈ ਜੀ। ਟੋਟਲ ਕਿੰਨੇ ਗੁਰਸਿੱਖ ਨੇ ਜੀ ਜਿਨ੍ਹਾਂ ਦੀ ਬਾਣੀ ਦਰਜ ਹੈ, 4, ਭਗਤ 15, 11 ਭੱਟ ਅਤੇ ਗੁਰੂ ਜੀ 6। ਟੋਟਲ ਅੰਗ 1430, ਟੋਟਲ ਰਾਗ 31 ਅਤੇ ਵਰਾਂ ਹੁੰਦੀਆਂ ਨੇ ਜੀ, ਕਵੀ ਰੂਪ ਉਹ ਹੈਗੇ 22। ਤਾਂ ਇਹ ਸਾਰੀ ਸਾਨੂੰ ਬਹੁਤ ਅੱਛੀ ਤਰ੍ਹਾਂ ਦੇਖਣਾ ਜੀ, ਲਰਨ ਕਰਨਾ। ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਇਸ ਦੇ ਵਿੱਚ 6 ਗੁਰੂਆਂ ਦੀ ਬਾਣੀ ਦਰਜ ਹੈ ਜੀ, ਅਤੇ ਕਿਹੜੀ ਕਿਹੜੀ ਬਾਣੀ ਦਰਜ ਹੈ ਉਹ ਦੇਖਦੇ ਹਾਂ। ਓਕੇ, ਇੱਥੋਂ ਗੁਰੂਮਤ ਕਾਵਿ ਸ਼ੁਰੂ ਹੋ ਰਿਹਾ ਜੀ। ਗੁਰੂਮਤ ਕਾਵਿ ਬਾਰੇ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਗੁਰੂਮਤ ਦਾ ਮਤਲਬ ਹੈ, 2 ਵਰਡਸ ਤੋਂ ਬਣਿਆ ਹੈ, ਗੁਰੂ ਅਤੇ ਮਤ, ਗੁਰੂ ਜੀ ਦੀ ਸੋਚ, ਗੁਰੂ ਜੀ ਦੇ ਵਿਚਾਰ। ਅਤੇ ਪਹਿਲੇ ਗੁਰੂ ਜੀ ਇੱਥੇ ਹੈਗੇ ਗੁਰੂ ਨਾਨਕ ਦੇਵ ਜੀ। ਮੋਸਟਲੀ ਮਾਝੀ ਬੋਲੀ ਯੂਜ਼ ਕਰਦੇ ਸੀ। ਟੋਟਲ 947 ਸ਼ਬਦ ਜੋ ਕਿ ਉਹਨਾਂ ਦੇ ਇੰਕਲੂਡ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਵਿੱਚ, ਅਤੇ 3 ਵਾਰਾਂ ਨੇ ਜੀ ਉਹਨਾਂ ਦੀਆਂ। ਵਾਰਾਂ ਵੀ ਨਹੀਂ, ਖਾਸ ਧਿਆਨ ਦਿਓ, ਰੀਜ਼ਨ ਇਹ ਕਿ ਵਾਰਾਂ ਉੱਪਰ ਪਹਿਲਾਂ ਵੀ ਕੁਸ਼ਚਨ ਆਇਆ ਹੋਇਆ। ਪਹਿਲਾ ਪਾਠ ਜੋ ਹੈ ਉਹ ਜਪਜੀ ਸਾਹਿਬ ਜੀ ਦਾ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ, ਜਿਸ ਵਿੱਚ ਕੁੱਲ 38 ਪੌੜੀਆਂ ਨੇ ਜੀ। ਪੌੜੀਆਂ ਮਤਲਬ ਹੁੰਦੇ ਸਟੈਂਜ਼ਾਸ, 2 ਸ਼ਲੋਕ ਅਤੇ ਮੂਲ ਮੰਤਰ ਹੈ। ਜਪਜੀ ਸਾਹਿਬ ਜੀ ਤੋਂ ਸਟਾਰਟਿੰਗ ਹੈ ਉਹ ਮੂਲ ਮੰਤਰ ਨਾਲ ਹੀ ਹੁੰਦੀ ਹੈ, ਇਸ ਕਰਕੇ ਤੁਹਾਨੂੰ ਕਨਫਰਮ ਹੋਣਾ ਚਾਹੀਦਾ
कि जो गुरु ग्रंथ साहिब है उसकी स्टार्टिंग भी मूल मंत्र नाल हुंदी है। नैक्सट रचना पट्टी एक वर्णमाला का ही रूप है जो कि गुरु ग्रंथ साहिब 432 अंग के उपर दर्ज है। इतने अंग इन्ना इंपॉर्टेंट नहीं है जी, बट फिर भी थोड़ा पता होना चाहिए, जो कर सकते हो लर्न तो करो जरूर। नैक्सट आसां दी वार दे विच टोटल 24 पौड़ियां ने जी। बाणी नूं अमृत वेले गाउण दा विधान है। धुनी या राग जो यूज की गई है वह है टुंडे सराजे की। इस दे विच पहले अते दूजे गुरु जी का योगदान, मतलब क्रिएट इन गुरु नानक देव जी ने ही किया है, बट कुछ शब्द अंगद देव जी ने इस दे विच ऐड किए ने, तो वह इंपॉर्टेंट है। एक होर इस दे उपर क्वेश्चन पहला भी आया हुआ जी, पटवारी के एग्जाम दे विच सीगा वो क्वेश्चन कि आसां दी वार नूं किस धुनी विच गाउण दा विधान है, तो वह टुंडे सराजे की राग यूज की गई सी। असराजा एक किंग सीगा जिसके हाथ कट दिए गए थे, उन्हें टुंडा बना दिता गया सी। ते ओ उस वेले दी काफ़ी मशहूर एक धुन सी, एक वार सी जिहदे विच कोई धुनी यूज की सी। उही सेम धुनी आपां मतलब कि आसां दे वार विच यूज करन दे लई आदेश दिते गए ने। नैक्सट सिद्धकोश एक क्वेश्चन आंसर फॉर्म दे विच है। इस दे विच की है जी, गुरु नानक देव जी दे नाल डिस्कशन हैल्ड हुई हुई है योगिस ते सिद्धांस दी, जो कि माउंटेन्स दे उपर रहिंदे ने। ते गुरु नानक देव जी ने सिद्ध किया है कि गुरु होना क्यों जरूरी है, ते वो क्वेश्चन पुट करते हैं कि ह्यूमन वास्ते गुरु होना क्यों जरूरी है। इट्स अ रिलीजियस डिस्कशन हैल्ड बाय गुरु नानक देव जी विद योगिस सिद्धांस लिविंग इन माउंटेन। तो मेन चीज यही है कि वो एक क्वेश्चन आंसर फॉर्म दे विच है, तां इह तुहानूं पता होना चाहिए। नैक्सट सोहेला साहिब, धुनी या राग जो यूज की गई है मारू राग रात में पढ़ी आने वाली बाणी है। इस दे विच पहले चौथे ते पंजवें गुरु जी का योगदान है। नैक्सट है जी बारह माह इस दे विच जो अपने टोटल 12 माह ने जी, उन्होंने ही इनफॉर्मेशन है किहड़ी ऋतु किवें दी है, ते जो जो तब्दीलियां आउंदे ने सारा कुछ 12 माह दे विच दस्या होया है। तुनी या राग जो यूज की गई है वह है तुखारी। एक होर गल, पंजवें पातशाही की भी एक 12 माह है जी, जिसनों मतलब कि जो राग यूज की गई है वह माझ है, लेकिन गुरु नानक देव जी ने इसनों तुखारी राग विच बनाया है। तो गुरु जी की आखिरी समय की रचना है ये। नैक्सट ओंका दखनी, धुनी या राग जो है वह है रामकली, तो नर्मदा रिवर को रची हुई बाणी है जी, ये मध्य प्रदेश के। अदर कंपोज बाणियां जो हैगियां जी, वह है वार मल्हार ते वार माझ। मैं जिम्मे दसाया कि टोटल 3 वारा ने जी गुरु नानक देव जी दियाँ। एक फस्ट जिमें आसा की वार आ गई, नैक्सट वार मल्हार, वार माझ। नैक्सट ओंकार पट्टी, ये भी एक बाणी है जी गुरु नानक देव जी की। इतने आप सारिया बाणियां कवर नहीं कीतियां जी, रीज़न यही है कि काफ़ी बाणियां बारे इनफॉर्मेशन नैट के उपर भी नहीं है, तो बुक्स के उपर भी नहीं है, तो यह एग्जाम पॉइंट ऑफ व्यू के उपर इन्ना सफिशियंट है। फरदर जो तुम होर इनफॉर्मेशन प्रोवाइड करना चाहते हो, लेना चाहते हो, तो वो ਤੁਸੀਂ ਵਿਕੀਪੀਡੀਆ ਜਾਂ ਫਿਰ ਹੋਰ ਬੁੱਕਸ ਦੇਖ ਸਕਦੇ ਹੋ, ਬਟ ਅਕੋਰਡਿੰਗ ਟੂ ਮੀ ਇਹ ਐਗਜ਼ਾਮ ਪੁਆਇੰਟ ਆਫ ਵਿਊ ਤੇ ਇੰਨਾ ਸਫੀਸ਼ੀਐਂਟ ਹੋਏਗਾ। ਨੈਕਸਟ ਗੁਰੂ ਜੀ, ਗੁਰੂ ਅੰਗਦ ਦੇਵ ਜੀ। ਇਹ ਇੰਪੋਰਟੈਂਟ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਹੀ ਪੰਜਾਬੀ ਸਕ੍ਰਿਪਟ ਨੂੰ ਨੇਮ ਦਿੱਤਾ ਸੀ ਗੁਰਮੁਖੀ। ਇਹ ਕਾਫ਼ੀ ਇੰਪੋਰਟੈਂਟ ਹੈ ਜੀ, ਅਤੇ ਉਹਨਾਂ ਨੇ ਕੰਪਾਈਲ ਕੀਤਾ ਸੀ ਜਨਮ ਸਾਖੀ ਗੁਰੂ ਨਾਨਕ ਦੇਵ ਜੀ ਦੀ ਬਾਇਓਗ੍ਰਾਫੀ। ਇਹ ਐਗਜ਼ਾਮ ਦੇ ਵਿੱਚ ਆਇਆ ਹੋਇਆ ਕੁਸ਼ਚਨ ਹੈ ਕਿ ਜਨਮ ਸਾਖੀ ਕਿਹਨਾਂ ਦੁਆਰਾ ਰਚਿਤ ਹੈ, ਉਹ ਹੈ ਗੁਰੂ ਅੰਗਦ ਦੇਵ ਜੀ। ਨੈਕਸਟ ਗੁਰੂ ਅੰਗਦ ਦੇਵ ਜੀ ਦੇ 63 ਸ਼ਲੋਕ ਨੇ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਨੇ, ਪਰ ਗੁਰੂ ਜੀ ਦਾ ਕੋਈ ਵੀ ਵਾਰ ਨਹੀਂ ਹੈ। ਪਰ ਹੋਰ ਮਹੱਲਿਆਂ ਦੀਆਂ ਵਾਰਾਂ ਵਿੱਚ ਇਹਨਾਂ ਦੇ ਸ਼ਲੋਕ ਦਰਜ ਹਨ। ਜਿਵੇਂ ਮੈਂ ਦੱਸਿਆ ਕਿ ਆਸਾਂ ਦੇ ਵਾਰ ਵਿੱਚ ਇਹਨਾਂ ਦੇ ਸ਼ਲੋਕ ਜਿਵੇਂ ਦਰਜ ਨੇ, ਬਟ ਇਹਨਾਂ ਦੀ ਆਪਣੀ ਕੋਈ ਵਾਰ ਨਹੀਂ ਹੈ। ਠੀਕ ਹੈ ਜੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਗੁਰੂ ਜੀ ਦੀ ਕੋਈ ਵਾਰ ਨਹੀਂ ਹੈ। ਨੈਕਸਟ ਤੀਜੇ ਗੁਰੂ, ਗੁਰੂ ਅਮਰਦਾਸ ਜੀ, ਟੋਟਲ 869 ਸ਼ਬਦ 19 ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਨੇ। ਗੁਰੂ ਸਾਹਿਬ ਨੇ ਕੁੱਲ 4 ਵਾਰਾਂ ਦੀ ਸਿਰਜਣਾ ਕੀਤੀ। ਗੁਰੂ ਜੀ ਨੇ ਅਨੰਦ ਸਾਹਿਬ ਦੀ ਵੀ ਰਚਨਾ ਕੀਤੀ, ਜੋ ਕਿ ਰਾਗ ਰਾਮਕਲੀ ਵਿੱਚ ਗਾਉਣ ਦਾ ਵਿਧਾਨ ਹੈ। ਇਹ ਇੰਪੋਰਟੈਂਟ ਹੈ ਜੀ। ਨੈਕਸਟ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ ਦੇ ਟੋਟਲ 638 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਨੇ। ਇਹ ਇੰਪੋਰਟੈਂਟ ਹੈ ਜੀ, ਗੁਰੂ ਜੀ ਨੇ ਟੋਟਲ 8 ਵਾਰਾਂ ਦੀ ਸਿਰਜਣਾ ਕੀਤੀ ਹੈ। ਇਹ ਮੈਕਸੀਮਮ ਵਾਰਾਂ ਨੇ ਕਿਸੇ ਗੁਰੂ ਦੁਆਰਾ, ਅਤੇ ਗੁਰੂ ਜੀ ਨੇ ਟੋਟਲ 8 ਵਾਰਾਂ ਜੀ ਦੀ ਸਿਰਜਣਾ ਕੀਤੀ ਹੈ। ਨੈਕਸਟ ਘੋੜੀਆਂ,
जो कि विआह समय गाए जाने वाले लोक गीत ने जी, उन्हां दी भी रचना गुरु रामदास जी ने की है। अते राग जो यूज की वो वडहंस है। लावां दी जो रचना है वह भी गुरु रामदास जी ने करी है। नैक्सट करहाले एक शब्द है जी, जिस विच सतगुरु दे शरणी जाण दा उपदेश दिता गया है। एक इंपॉर्टेंट गल है जी, जो राग वडहंस है जी, वह आम तौर पर जन्म विआह मौत समय गाए जाने वाले लोग गीतों दीयां धुनां दे आधार पर रचा गया है। तां तुहानूं पता होना चाहिए कि वडहंस जो राग है वह किस चीज़ के वास्ते यूज किया गया है गुरु जी द्वारा। तो एक इंपॉर्टेंट है राग वडहंस। नैक्सट पंजवीं पातशाही गुरु अर्जन देव जी, कुल शब्द 2218 श्री गुरु ग्रंथ साहिब विच संकलित हैं। गुरु जी ने 30 रागों च बाणी रची। तीवां राग जवंती बाद च गुरु ग्रंथ साहिब दा अंग बनिया जदों गुरु गोबिंद सिंह जी ने दमदमे बिड़ तैयार करवाई। इतने दो क्वेश्चन बनते जी। पहला क्वेश्चन भी कत्तीवां राग कहड़ा है, जय जवंती, ये इंपॉर्टेंट है। तो किहड़े गुरुआं जी ने जय जवंती राग गुरु ग्रंथ साहिब विच ऐड करवाया? गुरु गोबिंद सिंह जी, ये भी एक क्वेश्चन बनता जी। नैक्सट गुरु रामदास जी कॉल्ड हिम दोहता बाणी का बोता। गुरु रामदास जी गुरु अर्जन देव जी ने दोहता बाणी का बोता कहते थे जी। उसका रीजन यही सीगा, उन्होंने बाणी उपर गूढ़ ज्ञान सी, इस करके वो उन्होंने इस नाम नाल भी बुलाते सी। गुरु अर्जन देव कमाल की आदि ग्रंथ इस बारे पढ़ चुके हैं जी, सुखमणि साहब का पाठ। यह पाठ करन नाल लाहौर का एक हाकम सीगा जिसका नाम सी अलायमुद्दीन, उसका जानलेवा पेट दर्द भी ठीक हो गया सी। नैक्सट वर्ण अखरी जो कि एक वर्णमाला है जी, लिपि जो है देवनागरी, वह भी श्री गुरु ग्रंथ साहिब विच ऐड है। नैक्सट गुरु जी ने टोटल 6 अध्यात्मिक वारा सी जी, 12 माह। यह गुरु नानक देव जी का भी लिखा हुआ जी, मैं पहले भी दस्या तुहानू, बट इन्होंने जो राग यूज करी है वह माह है, यह इंपॉर्टेंट है जी, तुहानू पता होना चाहिए। नैक्सट 9वें पातशाही गुरु तेग बहादुर जी, गुरु तेग बहादुर जी के टोटल 115 शब्द 15 रागों में गुरु ग्रंथ साहिब में ऐड ने। गुरु गोबिंद सिंह जी इनकॉरपोरेटेड द बाणी ऑफ गुरु तेग बहादुर जी इन द होली बुक, इट इज कॉल्ड दमदमी पीर और श्री गुरु ग्रंथ साहिब। राइटर केड़े सीगे जी? भाई मणि सिंह जी, इस बारे आप पढ़ चुके हैं। तो कित्थे ये बुक बनी सी? वह सी गुरु की काशी दमदमा साहिब तलवंडी साबो विखे बठिंडा। नैक्सट बाबा फरीद शकरगंज, ऑलसो नोन एज फादर ऑफ पंजाबी पोएट्री, ठीक है जी, ये इंपॉर्टेंट है। फराइज जी के टोटल 134 श्लोक ते 4 शब्द श्री गुरु ग्रंथ साहिब विच ऐड ने। ही वॉज फर्स्ट पोएट ऑफ पंजाब हू यूज सिंबल ऑफ ह्यूमन रिलेशनशिप बिटवीन वाइफ एंड हसबेंड टू एक्सप्रेस हिज लॉन्गिंग्स फॉर यूनियन विद डिवाइन। जो एक हसबैंड वाइफ का रिलेशन होंगे जी, ट्रस्ट का रिलेशन, वो इन्होंने एक्सप्रैस किया विद गॉड, यानी कि रब के नाल इन्होंने हसबैंड वाइफ का जो रिलेशन होंगे ट्रस्ट का, वो इन्होंने शो किया। तो ये पहले पंजाबी पोएट से जिन्होंने ये चीज़ शो की, इस करके इंपॉर्टेंट है, इस उपर क्वेश्चन आ जाता है। ये डिसाइपल रहे थे जी पहला शेख कुतुबुद्दीन काकी के, उस तो बाद ख्वाजा मीनुद्दीन चिश्ती के। बाबा फरीद जी बहुत ज़्यादा इंपॉर्टेंट है, इस करके इन्होंने बारे थोड़ा पता होना चाहिए। नैक्सट भगत कबीर, कबीर जी के टोटल 541 शब्द जो कि 17 रागों ने श्री गुरु ग्रंथ साहिब विच ऐड ने। नैक्सट भगत रविदास जी, टोटल 41 शब्द इन्हों के श्री गुरु ग्रंथ साहिब विच ऐड ने। नैक्सट भगत नामदेव, टोटल 62 शब्द इन्हों के श्री गुरु ग्रंथ साहिब विच ऐड ने। ओके, इस सूफी काव्य शुरू हो रहे हैं जी। सब तो पहला शाह हुसैन, ही वॉज क्लोज फ्रेंड ऑफ गुरु अर्जन देव जी एंड छज्जू भगत। ही वॉज कंटेम्परेरी ऑफ अकबर एंड जहांगीर, वह अकबर तो जहांगीर वेलिया के फेमस कवि रहे हैं जी। नैक्सट द वर्ड हाव और पॉज आफ्टर द फर्स्ट स्टैंजा इन श्री गुरु ग्रंथ साहिब हैज़ बीन टेकन फ्रॉम शाह हुसैन काफीज, काफीज होंगे शॉर्ट पोइम्स। दिस वर्ड ऑलवेज अपीयर एट द एंड ऑफ तुक और लाइन ऑफ गुरबाणी, जिथे वर्ड रहाओ आ जी गुरबाणी के, आप उ एक सैकेंड का पॉज दे के फिर नैक्सट लाइन शुरू कर दें।
ਤਾਂ ਜੋ ਇਹ ਚੀਜ਼ ਆਪਾਂ ਲਈ ਹੈ ਰਹਾਓ, ਇਹ ਸ਼ਾਹ ਹੁਸੈਨ ਜੀ ਤੋਂ ਲਈ ਹੈ। ਨੈਕਸਟ ਬੁੱਲੇ ਸ਼ਾਹ, ਬੁੱਲੇ ਸ਼ਾਹ ਜੀ ਦੀ ਕੋਈ ਐਸ ਐਚ ਕੋਈ ਚੀਜ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਐਡ, ਲੇਕਿਨ ਐਜ਼ ਇਨ ਲਿਟਰੇਚਰ ਉਹਨਾਂ ਦੇ ਕਾਫੀ ਜ਼ਿਆਦਾ ਵਰਕ ਹੈ ਅਤੇ ਕਾਫੀ ਫੇਮਸ ਉਹਨਾਂ ਦੀਆਂ ਕਵਿਤਾਵਾਂ ਰਹੀਆਂ ਨੇ। ਅਤੇ ਜਿਹੜੇ ਉਹਨਾਂ ਦੇ ਰਹੇ ਆ ਉਹਨਾਂ 'ਚੋਂ ਉਹ ਕਾਫੀ ਫੇਮਸ ਜੋ ਹੈ, ਬੁੱਲਾ ਕੀ ਜਾਣਾ ਮੈਂ ਕੌਣ, ਅਤੇ ਰਿਸ਼ਕ ਨਚਾਇਆ, ਰਾਂਝਾ ਰਾਂਝਾ ਕਰਦੀ। ਨੈਕਸਟ ਕਿੱਸਾ ਕਾਵ, ਕਿੱਸਾ ਕਾਵ ਦੇ ਵਿੱਚ ਹੀਰ ਰਾਂਝਾ ਜੋ ਕਿ ਦਮੋਦਰ ਜੀ ਲਿਖੀ ਹੋਈ ਹੈ। ਨੈਕਸਟ ਵਾਰਿਸ ਸ਼ਾਹ, ਵਾਰਿਸ ਸ਼ਾਹ ਜੀ ਨੇ ਵੀ ਹੀਰ ਰਾਂਝਾ ਲਿਖੀ ਸੀ, ਬਟ ਇਹ ਮੰਨਿਆ ਜਾਂਦਾ ਕਿ ਜੋ ਵਾਰਿਸ ਸ਼ਾਹ ਜੀ ਨੇ ਲਿਖੀ ਹੈ ਉਹ ਜ਼ਿਆਦਾ ਪੇਨਫੁੱਲ ਵੇ 'ਚ ਲਿਖੀ ਹੈ, ਉਸਦੇ ਵਿੱਚ ਜ਼ਿਆਦਾ ਪੇਨ ਸ਼ੋ ਕੀਤਾ ਗਿਆ। ਬਟ ਜੋ ਆਪਾਂ ਲਰਨ ਕਰਨਾ ਹੈ ਉਹ ਇਹੀ ਲਰਨ ਕਰਨਾ ਕਿ ਦਮੋਦਰ ਜੀ ਜਿਨ੍ਹਾਂ ਨੇ ਜੋ ਕਿ ਫਸਟ ਕ੍ਰੀਏਟਰ ਸੀਗੇ ਹੀਰ ਰਾਂਝਾ ਦੇ, ਜੋ ਬੀਬੀ ਭਾਗੋ ਸੀ ਉਹ ਡਿਸਾਈਪਲ ਸੀਗੇ ਗੁਰੂ ਅਮਰਦਾਸ ਜੀ ਦੇ, ਅਤੇ ਉਹੀ ਇੰਸਪੀਰੇਸ਼ਨ ਰਹੇ ਨੇ ਵਾਰਿਸ ਸ਼ਾਹ ਜੀ ਦੇ। ਇੱਕ ਇੰਪੋਰਟੈਂਟ ਲਾਈਨ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਬੀਬੀ ਭਾਗੋ ਜੋ ਭਾਗ ਭਰੀ ਵੀ ਉਹਨਾਂ ਨੂੰ ਕਿਹਾ ਜਾਂਦਾ ਸੀ, ਜੋ ਕਿ ਡਿਸਾਈਪਲ ਸੀ ਗੁਰੂ ਅਮਰਦਾਸ ਜੀ ਦੇ, ਉਹ ਇੰਸਪੀਰੇਸ਼ਨ ਰਹੇ ਸੀਗੇ ਵਾਰਿਸ ਸ਼ਾਹ ਦੇ। ਇੱਕ ਇੰਪੋਰਟੈਂਟ ਲਾਈਨ ਹੈ। ਨੈਕਸਟ ਹਾਸ਼ਿਮ ਸ਼ਾਹ, ਹਾਸ਼ਿਮ ਸ਼ਾਹ ਜੋ ਸੀ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੋਇਟ ਰਹੇ ਨੇ, ਉਹਨਾਂ ਉਹ ਜੋ ਫਸਟ ਕ੍ਰੀਏਟਰ ਰਹੇ ਨੇ ਸੱਸੀ ਪੁੰਨੂ ਦੇ, ਸ਼ਰੀਨ ਫਰਹਾਦ ਦੇ, ਸੋਨੀ ਮਾਹੇਵਾਲ ਉਹਨਾਂ ਨੇ ਵੀ ਲਿਖੀ ਸੀ ਅਤੇ ਹੀਰ ਰਾਂਝਾ ਵੀ। ਬਟ ਆਪਾਂ ਇਹੀ ਲਰਨ ਕਰਨਾ ਹੈ ਇੰਪੋਰਟੈਂਟਲੀ ਕਿ ਕਿਉਂਕਿ ਉਹ ਫਸਟ ਕ੍ਰੀਏਟਰ ਰਹੇ ਨੇ ਇਸ ਚੀਜ਼ ਦੇ। ਨੈਕਸਟ ਪੀਲੂ, ਕੰਟੈਂਪਰੇਰੀ ਆਫ ਗੁਰੂ ਅਰਜਨ ਦੇਵ ਜੀ, ਠੀਕ ਹੈ ਜੀ, ਅਰਜਨ ਦੇਵ ਜੀ ਵੇਲੇ ਦੇ ਇਹ ਇਹਨਾਂ ਨੇ ਕਿੱਸੇ ਲਿਖੇ ਸੀ, ਇਹਨਾਂ ਲਿਖਿਆ ਸੀ ਮਿਰਜ਼ਾ ਸਾਹਿਬਾਂ, ਇਹਨਾਂ ਦਾ ਇਹ ਮਿਰਜ਼ਾ ਸਾਹਿਬਾਂ ਜ਼ਿਆਦਾ ਇੰਪੋਰਟੈਂਟ ਹੈ ਜੀ। ਨੈਕਸਟ ਫਜ਼ਲ ਸ਼ਾਹ, ਇਹਨਾਂ ਨੇ ਵੀ ਸੋਨੀ ਮਹੀਵਾਲ ਲਿਖਿਆ ਸੀ ਜੀ, ਇਹਨਾਂ ਨੇ ਜੋ ਵਰਸ ਯੂਜ਼ ਕੀਤਾ ਸੀ ਛੰਦ ਉਹ ਸੀਗਾ ਬੈਂਤ, ਇਹ ਇੰਪੋਰਟੈਂਟ ਹੈ, ਪਤਾ ਹੋਣਾ ਚਾਹੀਦਾ ਤੁਹਾਨੂੰ। ਨੈਕਸਟ ਕਾਦਰ ਯਾਰ, ਹੀ ਗੋਟ ਅ ਵੈਲ ਫਰੋਮ ਮਹਾਰਾਜਾ ਰਣਜੀਤ ਸਿੰਘ ਫੋਰ ਹਿਜ਼ ਕਿੱਸਾ ਪੂਰਨ ਭਗਤ, ਪੂਰਨ ਭਗਤ ਦੇ ਕਿੱਸੇ ਵਾਸਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਾਦਰ ਯਾਰ ਜੀ ਨੂੰ ਇੱਕ ਵੈਲ ਵੀ ਮਿਲਿਆ ਰਿਹਾ। ਇਹਨਾਂ ਦਾ ਜੋ ਫੇਮਸ ਕਿੱਸਾ ਹੈ ਪੂਰਨ ਭਗਤ ਤੁਹਾਨੂੰ ਪਤਾ ਹੋਣਾ ਚਾਹੀਦਾ, ਜ਼ਿਆਦਾ ਇੰਪੋਰਟੈਂਟ ਹੈ ਜੀ, ਰਾਜਾ ਰਸੂਲ ਅਤੇ ਸੋਨੀ ਮਹੀਵਾਲ ਇਹਨਾਂ ਨੇ ਵੀ ਲਿਖਿਆ। ਓਕੇ, ਇੱਥੋਂ ਬਿਰਕਾਵ ਸ਼ੁਰੂ ਹੋ ਰਹੇ ਨੇ ਜੀ। ਬਿਰਕਾਵ ਦਾ ਮਤਲਬ ਹੁੰਦਾ ਜੀ ਮਾਸ਼ੋ ਪੋਇਟਰੀ। ਮਾਸ਼ੋ ਪੋਇਟਰੀ ਦੇ ਵਿੱਚ ਜੋ ਕਵੀ ਹੁੰਦਾ ਹੈ ਉਹ ਤਾਰੀਫ ਕਰਦਾ ਹੈ, ਚਾਹੇ ਉਹ ਰੱਬ ਦੀ ਤਾਰੀਫ ਕਰ ਰਿਹਾ ਹੋਵੇ ਜਾਂ ਫਿਰ ਕਿਸੇ ਯੋਧੇ ਦੀ ਜੋ ਕਿਵੇਂ ਲੜਦਾ ਸੀ, ਇਹ ਸਭ ਕੁਛ ਮਾਸ਼ੋ ਪੋਇਟਰੀ ਦੇ ਵਿੱਚ ਆਉਂਦੇ ਨੇ। ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਜੋ ਕ੍ਰੀਏਟ ਕੀਤਾ ਸੀ ਉਹ ਸੀਗਾ ਦਸਮ ਗ੍ਰੰਥ। ਇਹਨਾਂ ਦਾ ਇੰਪੋਰਟੈਂਟ ਹੈ ਜੀ ਬਹੁਤ ਜ਼ਿਆਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਦਸਮ ਗ੍ਰੰਥ ਕਿਹਨਾਂ ਦਾ ਸੀ, ਉਹ ਹੈ ਗੁਰੂ ਗੋਬਿੰਦ ਸਿੰਘ ਜੀ ਦਾ। ਗੁਰੂ ਗੋਬਿੰਦ ਸਿੰਘ ਜੀ ਹੈਡ 52 ਪੋਇਟਸ ਐਂਡ ਸਕਾਲਰ ਇਨ ਹਿਸ ਓਨ ਕੋਰਟ, ਠੀਕ ਹੈ ਜੀ। ਦਸਮ ਗ੍ਰੰਥ ਨੂੰ ਆਪਾਂ ਛੋਟੇ ਮਹਾਰਾਜ ਵੀ ਕਹਿ ਦਿੰਦੇ ਹਾਂ ਜੀ, ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ। ਨੈਕਸਟ ਦਸਮ ਗ੍ਰੰਥ ਦੇ ਵਿੱਚ ਹੀ ਇਹ ਪਾਠ ਹੈ ਵਾਰ ਸ਼੍ਰੀ ਭਗੌਤੀ ਜੀ, ਚੰਡੀ ਦੀ ਵਾਰ, ਵਚਿੱਤਰ ਨਾਟਕ, ਜਾਪ ਸਾਹਿਬ, ਅਕਾਲ ਉਸਤਤ, 24 ਅਵਤਾਰ, ਖਾਲਸਾ ਮਹਿਮਾ, ਜ਼ਫਰਨਾਮਾ, ਸਰਬਲੋਕ ਗ੍ਰੰਥ ਔਰ ਮੰਗਲਾਚਰਨ ਪੁਰਾਣ। ਇਹ ਸਾਰਿਆਂ ਦੇ ਵਿੱਚ ਮਤਲਬ ਕਿ ਉਹਨਾਂ ਨੇ ਮਾਰਸ਼ਲ ਪੋਇਟਰੀ ਕੀਤੀ ਹੈ ਜੀ। ਜਿਵੇਂ ਕਿ ਚੰਡੀ ਦੇ ਵਾਰ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਦੁਰਗਾ ਨੇ ਕਿਵੇਂ ਚੰਡੀ ਦਾ ਰੂਪ ਲਿਆ ਅਤੇ ਜੋ ਅਸੁਰ ਨੇ ਉਹਨਾਂ ਦਾ ਕਿਵੇਂ ਨਾਸ਼ ਕੀਤਾ। ਨੈਕਸਟ ਨਜਬਤ, ਨਜਬਤ ਨੇ ਨਾਦਰ ਸ਼ਾਹ ਦੀ ਵਾਰ ਲਿਖੀ ਸੀ ਜੀ। ਨਾਦਰ ਸ਼ਾਹ ਜੋ ਸੀਗਾ ਇੱਕ ਪਰਸ਼ੀਅਨ ਰੂਲਰ ਸੀਗਾ ਜੋ ਉਸ ਟਾਈਮ ਰੂਲ ਕਰ ਰਿਹਾ ਸੀ, ਅਤੇ ਉਸਦੇ ਉੱਪਰ ਨਜਬਤ ਨੇ ਵਾਰ ਲਿਖੀ ਸੀ। ਨੈਕਸਟ ਸ਼ਾਹ ਮੁਹੰਮਦ, ਸ਼ਾਹ ਮੁਹੰਮਦ ਜੋ ਸੀ ਉਹ ਮਹਾਰਾਜਾ ਰਣਜੀਤ ਸਿੰਘ ਵੇਲਿਆਂ ਦਾ ਕਵੀ ਰਿਹਾ ਜੀ। ਉਹਨਾਂ ਨੇ ਲਿਖਿਆ ਸੀ ਜੰਗਨਾਮਾ, ਜੰਗ ਅੰਗਰੇਜ਼ਾਂ ਅਤੇ ਸਿੰਘਾਂ, ਇਹ ਕੋਈ ਚੀਜ਼ ਹੈ ਜੀ, ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਸ਼ਾਹ ਮੁਹੰਮਦ ਨੇ ਲਿਖਿਆ। ਅਤੇ ਸ਼ਾਹ ਮੁਹੰਮਦ ਨੇ ਮਤਲਬ ਕਿ ਇਹ ਅੱਖਾਂ ਵੇਖਿਆ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਜੋ ਨੇ ਉਹਨਾਂ ਨੇ ਕਿਵੇਂ ਅੰਗਰੇਜ਼ਾਂ ਨੂੰ ਹਰਾਇਆ, ਅਤੇ ਉਸਦੇ ਉੱਪਰ ਉਹਨਾਂ ਨੇ ਜੰਗਨਾਮਾ ਲਿਖਿਆ ਸੀ। ਓਕੇ, ਇੱਥੋਂ ਥੋੜ੍ਹਾ ਮਾਡਰਨ ਪੰਜਾਬੀ ਲਿਟਰੇਚਰ ਸ਼ੁਰੂ ਹੋ ਰਿਹਾ ਜੀ। ਮਾਡਰਨ ਪੰਜਾਬੀ ਲਿਟਰੇਚਰ ਦੇ ਵਿੱਚੋਂ ਹੀ ਮੈਕਸੀਮਮ ਐਮਸੀਕਿਊਜ਼ ਨੇ ਜੋ ਤਿਆਰ ਕੀਤੇ ਨੇ, ਇਸ ਕਰਕੇ ਇਸਨੂੰ ਅੱਛੀ ਤਰ੍ਹਾਂ ਲਰਨ ਕਰਨਾ ਆਪਾਂ। ਮਾਡਰਨ ਪੰਜਾਬੀ ਲਿਟਰੇਚਰ ਪੋਇਟਸ ਦੇ ਵਿੱਚ ਸਭ ਤੋਂ ਪਹਿਲਾਂ ਆਉਂਦੇ ਨੇ ਭਾਈ ਵੀਰ ਸਿੰਘ ਜੀ। ਭਾਈ ਵੀਰ ਸਿੰਘ ਜੀ ਨੋਵਲਿਸਟ ਵੀ ਨੇ ਅਤੇ ਉਹਨਾਂ ਨੇ
ਕਵਿਤਾਵਾਂ ਵੀ ਲਿਖੀਆਂ ਨੇ ਅਤੇ ਜੋ ਜੋ ਵੀ ਉਹਨਾਂ ਦੇ ਇੰਪੋਰਟੈਂਟ ਵਰਕ ਹੈ ਆਪਾਂ ਉਹ ਸਭ ਪੜ੍ਹਾਂਗੇ। ਸਭ ਤੋਂ ਪਹਿਲਾਂ ਨੋਨ ਐਜ ਫਾਦਰ ਆਫ ਮਾਡਰਨ ਪੰਜਾਬੀ ਲਿਟਰੇਚਰ, ਵੈਰੀ ਇੰਪੋਰਟੈਂਟ। ਆਲਸੋ ਨੋਨ ਐਜ ਵਰਡਸ ਵਰਥ ਆਫ ਪੰਜਾਬੀ ਲਿਟਰੇਚਰ, ਵੈਰੀ ਇੰਪੋਰਟੈਂਟ। ਓਨਰੇਬਲੀ ਨੋਨ ਐਜ ਸਿਕਸਥ ਰਿਵਰ ਆਫ ਪੰਜਾਬ, ਵੈਰੀ ਵੈਰੀ ਇੰਪੋਰਟੈਂਟ। ਠੀਕ ਹੈ ਜੀ। ਪੰਜਾਬੀ ਲਿਟਰੇਚਰ ਦੀ ਜੋ ਫਸਟ ਆਪਣੀ ਨੋਵਲ ਸੀ ਉਹ ਸੀਗੀ ਸੁੰਦਰੀ, ਉਹ ਭਾਈ ਵੀਰ ਸਿੰਘ ਜੀ ਦਾ ਹੀ ਨੋਵਲ ਹੈ। ਠੀਕ ਹੈ ਜੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹ ਦੋ ਕੁਸ਼ਚਨ ਬਣਦੇ ਇਹਦੇ ਵਿੱਚ ਤਾਂ ਇੰਪੋਰਟੈਂਟ ਹੈ। ਸਤਵੰਤ ਕੌਰ ਅਤੇ ਵਿਜੇ ਸਿੰਘ, ਇਹ ਨੋਵਲ ਇੰਪੋਰਟੈਂਟ ਨੇ ਜੀ, ਜੋ ਕਿ ਭਾਈ ਵੀਰ ਸਿੰਘ ਜੀ ਦੇ ਨੇ। ਹਿਸਟੋਰੀਕਲ ਕਲੈਕਸ਼ਨਸ ਜੋ ਇਹਨਾਂ ਦੀਆਂ ਰਹੀਆਂ ਜੀ, ਉਹ ਹੈਗੇ ਸ਼੍ਰੀ ਗੁਰੂ ਨਾਨਕ ਚਮਤਕਾਰ, ਸ਼੍ਰੀ ਅਸ਼ਟਗੁਰੂ ਚਮਤਕਾਰ, ਸ਼੍ਰੀ ਗੁਰੂ ਕਲਗੀਧਰ ਚਮਤਕਾਰ। ਇਹ ਬਹੁਤ ਇੰਪੋਰਟੈਂਟ ਨੇ ਜੀ ਸਾਰੀਆਂ। ਇਹਨਾਂ ਦਾ ਇੱਕ ਵੀਕਲੀ ਵੀ ਆਉਂਦਾ ਸੀਗਾ ਜੀ, ਜਿਹਦਾ ਨਾਮ ਸੀ ਦ ਖਾਲਸਾ ਸਮਾਚਾਰ। ਕੋ ਫਾਊਂਡਰ ਰਹੇ ਨੇ ਇਹ ਖਾਲਸਾ ਟ੍ਰੈਕਟ ਸੁਸਾਇਟੀ ਦੇ ਜੀ, ਪ੍ਰਮੋਟਰ ਰਹੇ ਜੀ ਸਿੱਖ ਐਜੂਕੇਸ਼ਨਲ ਸੁਸਾਇਟੀ, ਜਾਂ ਕੀ ਹੈ ਖਾਲਸਾ ਦੀਵਾਨ, ਵੈਰੀ ਇੰਪੋਰਟੈਂਟ। ਕਾਫੀ ਹੁਣ ਤੁਹਾਨੂੰ ਸਕੂਲਸ ਕਾਲਜਸ ਮਿਲ ਜਾਣਗੇ ਜੋ ਕਿ ਖਾਲਸਾ ਦੀਵਾਨ ਦੇ ਹੈਗੇ ਜੀ। ਨੈਕਸਟ ਇਹ ਫਾਊਂਡਰ ਰਹੇ ਜੀ ਪੰਜਾਬ ਐਂਡ ਸਿੰਧ ਬੈਂਕ ਦੇ, ਵੈਰੀ ਇੰਪੋਰਟੈਂਟ। ਇਹ ਵੀ ਐਗਜ਼ਾਮ 'ਚ ਆਇਆ ਹੋਇਆ ਕੁਸ਼ਚਨ ਆ। ਬਾਕੀ ਅਵਾਰਡਸ ਦੇ ਵਿੱਚ ਕਾਫੀ ਜ਼ਿਆਦਾ ਤੁਹਾਨੂੰ ਕੁਸ਼ਚਨਸ ਮਿਲ ਜਾਂਦੇ ਨੇ, ਵੀ ਉੱਥੇ ਤੁਹਾਨੂੰ ਡਾਇਰੈਕਟ ਨਹੀਂ ਮਿਲ ਜਾਏਗਾ ਕਿ ਜੋ ਇਹਨਾਂ ਦਾ ਇਹ ਨੋਵਲ ਹੈ ਉਸ ਵਾਸਤੇ ਇਹਨਾਂ ਨੂੰ ਕਿਹੜਾ ਅਵਾਰਡ ਮਿਲਿਆ ਹੋਇਆ, ਪਹਿਲੇ ਸਾਹਿਤਯ ਅਕੈਡਮੀ ਅਵਾਰਡ ਕਿਹਨੂੰ ਮਿਲਿਆ ਹੈ, ਤਾਂ ਐਵੇਂ ਦੇ ਤੁਹਾਨੂੰ ਚੀਜ਼ਾਂ ਵੀ ਨਹੀਂ ਜ਼ਿਆਦਾ ਫੋਕਸ ਕਰਨਾ ਹੈ। ਸਾਹਿਤ ਅਕੈਡਮੀ ਅਵਾਰਡ ਮਿਲਿਆ ਸੀ ਜੀ ਇਹਨਾਂ ਨੂੰ ਮੇਰੇ ਸਾਇਆਂ ਜੀਓ ਵਾਸਤੇ, ਵੈਰੀ ਇੰਪੋਰਟੈਂਟ। ਭਾਈ ਵੀਰ ਸਿੰਘ ਜੀ ਨੂੰ ਮਿਲਿਆ ਸੀ ਮੇਰੇ ਸਾਇਆਂ ਜੀਓ। ਪਦਮ ਭੂਸ਼ਣ ਵੀ ਮਿਲਿਆ ਸੀ ਜੀ ਇਹਨਾਂ ਨੂੰ 1956 ਦੇ ਵਿੱਚ। ਹੋਰ ਇਹਨਾਂ ਜੋ ਇੰਪੋਰਟੈਂਟ ਵਰਕ ਰਹੇ ਹੈ ਜੀ ਨੋਵਲਸ ਦੇ ਵਿੱਚ, ਉਹ ਹੈਗੇ ਬਾਬਾ ਨੌਬ ਸਿੰਘ, ਰਾਣਾ ਸੂਰਤ ਸਿੰਘ। ਅਤੇ ਸ਼ੋਰਟ ਪੋਇਮਸ ਦੇ ਵਿੱਚੋਂ ਦਿਲ ਤਰੰਗ, ਤਰੇਲ ਤੁਪਕੇ, ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ, ਇਹ ਸਭ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜੋ ਆਪਾਂ ਉਹੀ ਇੱਥੇ ਲੈ ਰਹੇ ਹਾਂ ਜੀ, ਤਾਂ ਇਸ ਕਰਕੇ ਇਹਨਾਂ 'ਚੋਂ ਕੋਈ ਵੀ ਚੀਜ਼ ਮਿਸ ਨਹੀਂ ਕਰਨੀ ਹੈ, ਇਹ ਸਭ ਇੰਪੋਰਟੈਂਟ ਹੈ ਜੀ। ਨੈਕਸਟ ਨੈਕਸਟ ਧਨੀ ਰਾਮ ਚਾਤ੍ਰਿਕ, ਫੇਮਸ ਐਜ ਪੋਇਟ ਆਫ ਪੰਜਾਬੀਅਤ। ਠੀਕ ਹੈ ਜੀ, ਪੋਇਟ ਆਫ ਪੰਜਾਬੀਅਤ ਕਿਹਾ ਜਾਂਦਾ ਸੀ। ਇਹ ਧਿਆਨ ਰੱਖਣਾ ਜੀ ਇਹਨਾਂ ਨੂੰ ਵਰਡ ਕੀ ਦਿੱਤੇ ਹੋਏ, ਕਾਫੀ ਅੱਗੇ ਅੱਗੇ ਕਾਫੀ ਨਾਮ ਹੋ ਜਾਣਗੇ ਜਿਸ ਕਰਕੇ ਤੁਸੀਂ ਕਨਫਿਊਜ਼ ਹੋਵੋਗੇ, ਇਸ ਕਰਕੇ ਇਸਨੂੰ ਹੁਣੇ ਤੋਂ ਹੀ ਅੱਛੀ ਤਰ੍ਹਾਂ ਲਰਨ ਕਰਨਾ। ਹੀ ਵਾਜ਼ ਕੰਟੈਂਪਰੇਰੀ ਆਫ ਭਾਈ ਵੀਰ ਸਿੰਘ। ਭਾਈ ਵੀਰ ਸਿੰਘ ਜੀ ਦਾ ਬਹੁਤ ਜ਼ਿਆਦਾ ਇਨਫਲੂਐਂਸ ਰਿਹਾ ਸੀਗਾ ਜੀ ਧਨੀ ਰਾਮ ਚਾਤ੍ਰਿਕ ਦੇ ਉੱਪਰ। ਠੀਕ ਹੈ ਜੀ, ਹੀ ਵਾਜ਼ ਦ ਫਸਟ ਪਰਸਨ ਟੂ ਸਟੈਂਡਰਡਾਈਜ਼ ਟਾਈਪ ਸੈੱਟ ਆਫ ਗੁਰਮੁਖੀ ਸਕ੍ਰਿਪਟ। ਠੀਕ ਹੈ ਜੀ, ਗੁਰਮੁਖੀ ਸਕ੍ਰਿਪਟ ਦਾ ਟਾਈਪ ਸੈੱਟ ਇਹਨਾਂ ਨੇ ਤਿਆਰ ਕਰਵਾਇਆ ਸੀ, ਇਹਨਾਂ ਨੇ ਪਬਲਿਸ਼ ਕੀਤਾ ਸੀ ਗੁਰੂ ਗ੍ਰੰਥ ਸਾਹਿਬ, ਭਾਈ ਖਾਨ ਸਿੰਘ ਨਾਭਾ ਦਾ ਮਹਾਂਕੋਸ਼। ਠੀਕ ਹੈ ਜੀ, ਮਹਾਂਕੋਸ਼ ਕੀ ਹੈ ਜੀ, ਫਸਟ ਪੰਜਾਬੀ ਡਿਕਸ਼ਨਰੀ ਸੀ, ਵੈਰੀ ਇੰਪੋਰਟੈਂਟ ਹੈ, ਤੁਹਾਨੂੰ ਇਸਦੇ ਕੁਸ਼ਚਨ ਵੀ ਮਿਲ ਜਾਣਗੇ। ਮਹਾਂਕੋਸ਼ ਕਿਹਨਾਂ ਦਾ ਸੀਗਾ ਜੀ, ਭਾਈ ਖਾਨ ਸਿੰਘ ਨਾਭਾ ਦਾ, ਉਹ ਇਹਨਾਂ ਨੇ ਤਿਆਰ ਕੀਤਾ ਸੀਗਾ ਬਾਈ ਯੂਜਿੰਗ ਦ ਮਾਡਰਨ ਟੈਕਨੀਕ ਐਟ ਸੁਦਰਸ਼ਨ ਪ੍ਰਿੰਟਿੰਗ ਪ੍ਰੈਸ। ਇਹਨਾਂ ਦਾ ਆਪਦਾ ਸੀਗਾ ਜੀ ਸੁਦਰਸ਼ਨ ਪ੍ਰਿੰਟਿੰਗ ਪ੍ਰੈਸ, ਠੀਕ ਹੈ ਜੀ, ਜੋ ਕਿ ਅੰਮ੍ਰਿਤਸਰ ਵਿੱਚ ਹੈ। ਤਾਂ ਸਭ ਬਹੁਤ ਇੰਪੋਰਟੈਂਟ ਹੈ ਜੀ, ਤੁਹਾਨੂੰ ਇਨਫੋਰਮੇਸ਼ਨ ਸਾਰੀ ਇਸਦੀ ਹੋਣੀ ਚਾਹੀਦੀ ਹੈ। ਧਨੀ ਰਾਮ ਚਾਤ੍ਰਿਕ, ਫਸਟ ਟੂ ਸਟੈਂਡਰਡਾਈਜ਼ ਟਾਈਪ ਸੈੱਟ ਆਫ ਗੁਰਮੁਖੀ ਸਕ੍ਰਿਪਟ। ਠੀਕ ਹੈ ਜੀ, ਇਹ ਵੀ ਬਹੁਤ ਇੰਪੋਰਟੈਂਟ ਹੈ। ਨੈਕਸਟ ਪ੍ਰੋਫੈਸਰ ਪੂਰਨ ਸਿੰਘ, ਹੀ ਵਾਜ਼ ਗ੍ਰੈਜੂਏਟ ਇਨ ਕੈਮਿਸਟਰੀ ਫਰੋਮ ਟੋਕਿਓ ਯੂਨੀਵਰਸਿਟੀ ਜਪਾਨ। ਹਿਸ ਪੋਇਟਰੀ ਵਾਜ ਕੰਪੋਜ਼ਡ ਇਨ ਫਰੀ ਵਰਸ ਵਿਦਾਊਟ ਮਿਊਜ਼ੀਕਲ ਪੈਟਰਨ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ, ਇਹਨਾਂ ਦਾ ਕੋਈ ਵੀ ਮਿਊਜ਼ੀਕਲ ਪੈਟਰਨ ਨਹੀਂ ਹੁੰਦਾ ਸੀ, ਸਿੰਪਲ ਸਾਦੀ ਪੋਇਟਰੀਆਂ ਹੁੰਦੀਆਂ ਸੀ ਇਹਨਾਂ ਦੀਆਂ। ਇਹਨਾਂ ਨੇ ਜੋ ਫੇਮਸ ਵਰਕ ਨੇ ਜੀ, ਖੁੱਲ੍ਹੇ ਮੈਦਾਨ, ਖੁੱਲ੍ਹੇ ਕੁੰਡ, ਖੁੱਲ੍ਹੇ ਆਸਮਾਨੀ ਰੰਗ, ਖੁੱਲ੍ਹੇ ਲੇਖ। ਫੇਮਸ ਜੋ ਇੰਗਲਿਸ਼ ਵਰਕ ਰਿਹਾ ਜੀ ਇਹਨਾਂ ਦਾ, ਸਿਸਟਰ ਆਫ ਸਪਿਨਿੰਗ ਵੀਲ, ਅਨਸਟਰੰਗ ਬੀਟਸ। ਇਹ ਕਾਫੀ ਜੋ ਫੇਮਸ ਰਹੇ ਜੀ ਉਹੀ ਨੇ ਆਪਾਂ ਇੱਥੇ ਕਵਰ ਕੀਤੇ ਹੋਏ, ਇਸ ਕਰਕੇ ਕੋਈ ਵੀ ਚੀਜ਼ ਆਪਾਂ ਇੱਥੇ ਮਿਸ ਨਹੀਂ ਕਰਨੀ। ਈਜ਼ੀਲੀ ਲਰਨ ਕਰਨਾ ਹੋਵੇ ਤਾਂ ਦੇਖ ਲਓ ਵੀ ਇੱਥੇ ਸਾਰੇ ਖੁੱਲ੍ਹੇ ਖੁੱਲ੍ਹੇ ਹੀ ਆਉਣਗੇ ਜੀ, ਥੋੜ੍ਹਾ ਈਜ਼ੀ ਹੋ ਜਾਏਗਾ ਲਰਨ ਕਰਨਾ। ਪ੍ਰੋਫੈਸਰ ਪੂਰਨ ਸਿੰਘ। ਨੈਕਸਟ ਅੰਮ੍ਰਿਤਾ ਪ੍ਰੀਤਮ, ਵੈਰੀ ਇੰਪੋਰਟੈਂਟ। ਫਸਟ ਵੂਮੈਨ ਟੂ ਵਿਨ ਸਾਹਿਤ ਅਕੈਡਮੀ ਅਵਾਰਡ ਫੋਰ ਸੁਨਿਹਰੇ। ਜੋ ਸੁਨਿਹਰੇ ਹੁੰਦੇ ਨੇ ਆਪਾਂ ਕਹਿੰਦੇ ਹਾਂ ਵੀ ਸੁਨੇਹਾ ਲਾਇਆ ਹੋਵੇ, ਸੁਨਿਹਰੇ ਜੋ ਇਹਨਾਂ ਨੇ ਨੋਵਲ ਕ੍ਰੀਏਟ ਕੀਤਾ ਸੀਗਾ, ਇਹਨਾਂ ਨੇ
ਅਤੇ ਉਹ ਕਾਫੀ ਫੇਮਸ ਸੀਗਾ, ਉਸ ਵਾਸਤੇ ਇਹਨਾਂ ਨੂੰ ਸਾਹਿਤ ਅਕੈਡਮੀ ਅਵਾਰਡ ਮਿਲਿਆ ਸੀ। ਰਿਸੀਵਡ ਭਾਰਤੀ ਜਨਪੀਠ ਫੋਰ ਕਾਗਜ਼ ਅਤੇ ਕੈਨਵਸ, ਵੈਰੀ ਇੰਪੋਰਟੈਂਟ। ਇਹਨਾਂ ਨੂੰ ਪਦਮ ਸ਼੍ਰੀ ਵੀ ਮਿਲਿਆ, ਪਦਮ ਵਿਭੂਸ਼ਣ ਵੀ ਮਿਲਿਆ ਜੀ। ਆਟੋਬਾਇਓਗ੍ਰਾਫੀ ਰਹੀ ਹੈ ਜਿਹਨੇ ਜੀ, ਦ ਰਵੈਨਿਊ ਸਟੈਂਪ, ਰਸੀਦੀ ਟਿਕਟ, ਵੈਰੀ ਇੰਪੋਰਟੈਂਟ, ਕਾਫੀ ਵਾਰ ਐਗਜ਼ਾਮ 'ਚ ਆਇਆ ਹੋਇਆ ਕੁਸ਼ਚਨ ਹੈ ਜੀ। ਇਹਨਾਂ ਦੀ ਮੰਥਲੀ ਮੈਗਜ਼ੀਨ ਸੀਗੀ ਜੀ ਨਾਗਮਣੀ। ਨੋਵਲ ਜੋ ਇਹਨਾਂ ਦੀ ਸੀਗੀ, ਜਿਸਦੇ ਉੱਪਰ ਮੂਵੀ ਵੀ ਮਿਲੀ ਬਣੀ ਹੈ, ਠੀਕ ਹੈ ਜੀ, ਉਸਦਾ ਨਾਮ ਸੀ ਪਿੰਜਰ। ਆਲਸੋ ਰੀਨੇਮਡ ਰਿਮੇਨਡ ਮੈਂਬਰ ਆਫ ਰਾਜ ਸਭਾ। ਸਭ ਨੋਟੇਬਲ ਪੋਇਮਸ ਜੋ ਇਹਨਾਂ ਦੀ ਰਹੇ ਜੀ, ਅੱਜ ਅੱਖਾਂ ਵਾਰੇ ਸ਼ਾਮ ਨੂੰ, ਵੈਰੀ ਇੰਪੋਰਟੈਂਟ। ਤਰੇਲ ਧੋਤੇ ਫੁੱਲ, ਵੈਰੀ ਇੰਪੋਰਟੈਂਟ। ਸਰਗੀ ਵੇਲਾ ਅਤੇ ਕਸਤੂਰੀ, ਸਾਰੇ ਜੋ ਹੈ ਜੀ ਅੰਮ੍ਰਿਤਾ ਪ੍ਰੀਤਮ ਜੀ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਾਫੀ ਵਾਰ ਅੰਮ੍ਰਿਤਾ ਪ੍ਰੀਤਮ ਦੇ ਉੱਪਰ ਆਇਆ ਹੋਇਆ ਜੀ ਐਗਜ਼ਾਮ ਦੇ ਵਿੱਚ ਕੁਸ਼ਚਨ, ਇਸ ਕਰਕੇ ਕੋਈ ਵੀ ਚੀਜ਼ ਮਿਸ ਨਹੀਂ ਕਰਨੀ, ਸਪੈਸ਼ਲੀ ਆਟੋਬਾਇਓਗ੍ਰਾਫੀਸ, ਠੀਕ ਹੈ ਜੀ, ਕਿਹੜੇ ਕਿਹੜੇ ਅਵਾਰਡ ਮਿਲੇ ਉਹਨਾਂ ਨੂੰ। ਨੈਕਸਟ ਸ਼ਿਵ ਕੁਮਾਰ ਬਟਾਲਵੀ, ਵੈਰੀ ਇੰਪੋਰਟੈਂਟ, ਨੋਨ ਐਸ ਬਿਰਹਾਂ ਦਾ ਸੁਲਤਾਨ। ਕਾਫੀ ਫੇਮਸ ਰਹੇ ਜੀ ਸ਼ਿਵ ਕੁਮਾਰ ਬਟਾਲਵੀ। ਇਹਨਾਂ ਦਾ ਹੁਣ ਗਾਣਾ ਜੋ ਸੀਗਾ, ਇੱਕ ਕੁੜੀ ਜਿਹਦਾ ਨਾਮ ਮੁਹੱਬਤ ਹੈ, ਕਾਫੀ ਜੋ ਫੇਮਸ ਰਹੇ ਉਹ ਸ਼ਿਵ ਕੁਮਾਰ ਬਟਾਲਵੀ ਜੀ ਦਾ ਹੀ ਹੈ। ਵਾਜ ਦਾ ਯੰਗੈਸਟ ਰੈਸੀਪੀਐਂਟ ਆਫ ਸਾਹਿਤ ਅਕੈਡਮੀ ਅਵਾਰਡ, ਠੀਕ ਹੈ ਜੀ। ਇਹਨਾਂ ਦੀ ਪੋਇਮ ਸੀ ਲੂਣਾ, ਬਹੁਤ ਇੰਪੋਰਟੈਂਟ ਹੈ ਜੀ, ਕਾਫੀ ਵਾਰ ਐਗਜ਼ਾਮ 'ਚ ਆਇਆ ਹੈ। ਫਸਟ ਸਿਲੈਕਸ਼ਨ ਆਫ ਪੋਇਮ, ਪੀੜਨ ਦਾ ਪਰਾਗਾ, ਅ ਹੈਂਡਫੁੱਲ ਆਫ ਪੋਇਮ ਪੇਂਸ, ਲਾਜਵੰਤੀ, ਮੈਨੂੰ ਵਿਦਾ ਕਰੋ, ਬਿਡਮੀ ਫੇਅਰਵੈਲ, ਇਹ ਜੋ ਨੇ ਉਹ ਕਾਫੀ ਫੇਮਸ ਇਹਨਾਂ ਦੀਆਂ ਕਵਿਤਾਵਾਂ ਰਹੀਆਂ ਜੀ, ਸਾਰੇ ਇੰਪੋਰਟੈਂਟ ਹੈ ਬਹੁਤ। ਸੁਰਜੀਤ ਪਾਤਰ ਰਿਸੀਵਡ ਸਾਹਿਤ ਅਕੈਡਮੀ ਪੁਰਸਕਾਰ ਫੋਰ ਹਨੇਰੇ ਵਿੱਚ ਸੁਲਗ ਦੇ ਵਰਨਮਾਲਾ, ਹਨੇਰੇ ਵਿੱਚ ਸੁਲਗ ਦੀ ਵਰਨਮਾਲਾ, ਬਹੁਤ ਇੰਪੋਰਟੈਂਟ ਹੈ ਜੀ ਸੁਰਜੀਤ ਪਾਤਰ। ਸਰਸਵਤੀ ਸਮਾਨ ਮਿਲਿਆ ਸੀ ਇਹਨਾਂ ਨੂੰ ਲਫ਼ਜ਼ਾਂ ਦੀ ਦਰਗਾਹ। ਇਹਨਾਂ ਦਾ ਜੋ ਮੇਨ ਵਰਡ ਹੈ ਤੁਹਾਨੂੰ ਵਰਨਮਾਲਾ ਲਫ਼ਜ਼ਾ, ਮਤਲਬ ਕਿ ਉਹ ਵਰਡਸ ਦੇ ਉੱਪਰ ਹੀ ਹੈ, ਇਸ ਕਰਕੇ ਥੋੜ੍ਹਾ ਮਤਲਬ ਕਿ ਈਜ਼ੀਲੀ ਲਰਨ ਹੋ ਸਕਦਾ। ਪਦਮ ਸ਼੍ਰੀ ਮਿਲਿਆ ਸੀ ਇਹਨਾਂ ਨੂੰ ਲਿਟਰੇਚਰ ਐਂਡ ਐਜੂਕੇਸ਼ਨ ਵਾਸਤੇ। ਅਦਰ ਇੰਪੋਰਟੈਂਟ ਪੋਇਟਰੀ ਜੋ ਇਹਨਾਂ ਦੀ ਰਹੀ ਹੈ ਜੀ, ਹਵਾ ਵਿੱਚ ਲਿਖੇ ਹਰਫ, ਬਿਰਕ ਅਰਜ਼ ਕਰੇ, ਪੱਤਝੜ ਦੀ ਪੰਜੇਬ, ਸਰਜ਼ਮੀਨ, ਇਹ ਜੋ ਨੇ ਸਾਰੇ ਇੰਪੋਰਟੈਂਟ ਵਰਕ ਨੇ ਜੀ ਇਹਨਾਂ ਦੇ। ਸੁਰਜੀਤ ਪਾਤਰ ਓਕੇ। ਨੈਕਸਟ ਆਉਂਦੇ ਦੀਵਾਨ ਸਿੰਘ ਕਾਲੇ ਪਾਣੀ, ਇਹਨਾਂ ਜੋ ਇੰਪੋਰਟੈਂਟ ਵਰਕਸ ਰਹੇ ਜੀ, ਵਗਦੇ ਪਾਣੀ, ਅੰਤਿਮ ਲਹਿਰਾਂ, ਪ੍ਰੀਤ ਸੁਨੇੜੇ, ਸਾਰੇ ਇੰਪੋਰਟੈਂਟ ਹੈ ਜੀ ਇਹਨਾਂ ਦੇ। ਨੈਕਸਟ ਡਾਕਟਰ ਹਰਭਜਨ ਸਿੰਘ, ਇਹਨਾਂ ਦੇ ਉੱਪਰ ਵੀ ਐਗਜ਼ਾਮ ਦੇ ਵਿੱਚ ਕੁਸ਼ਚਨ ਆਇਆ ਸੀਗਾ ਜੀ, ਰੁੱਖ ਅਤੇ ਰਿਸ਼ੀ, ਇਹ ਆਇਆ ਸੀਗਾ ਜੀ ਪਟਵਾਰੀ ਦੇ ਐਗਜ਼ਾਮ ਦੇ ਵਿੱਚ, ਇੰਪੋਰਟੈਂਟ ਹੈ, ਠੀਕ ਹੈ ਜੀ। ਨੋਨ ਐਸ ਪੰਜਾਬੀ ਪੋਇਟ ਆਫ ਨਿਊ ਜਨਰੇਸ਼ਨ, ਈਰਾ ਆਫ ਮੈਨ, ਇਹ ਬਹੁਤ ਇੰਪੋਰਟੈਂਟ ਹੈ ਜੀ ਨਾਮ ਇਹਨਾਂ ਨੂੰ ਜੋ ਮਿਲਿਆ ਸੀ, ਸਾਹਿਤ ਅਕੈਡਮੀ ਅਵਾਰਡ ਮਿਲਿਆ ਸੀ ਇਹਨਾਂ ਨੂੰ, ਨਾ ਧੁੱਪੇ ਨਾ ਛਾਵੇਂ, ਸਾਹਿਤ ਅਕੈਡਮੀ ਅਵਾਰਡ, ਠੀਕ ਹੈ ਜੀ। ਕਬੀਰ ਸਨਮਾਨ ਮਿਲਿਆ ਸੀ ਇਹਨਾਂ ਨੂੰ ਮੱਧ ਪ੍ਰਦੇਸ਼ ਗਵਰਨਮੈਂਟ ਵੱਲੋਂ, ਇਹ ਵੀ ਇੰਪੋਰਟੈਂਟ ਹੈ ਜੀ। ਨੈਕਸਟ ਸਰਸਵਤੀ ਸਨਮਾਨ ਮਿਲਿਆ ਸੀ ਇਹਨਾਂ ਨੂੰ, ਰੁੱਖ ਅਤੇ ਰਿਸ਼ੀ, ਜੋ ਕਿ ਐਗਜ਼ਾਮ ਦੇ ਵਿੱਚ ਆਇਆ ਸੀ ਕੁਸ਼ਚਨ, ਇਹ ਕਾਫੀ ਇੰਪੋਰਟੈਂਟ ਹੈ ਜੀ ਰੁੱਖ ਅਤੇ ਰਿਸ਼ੀ। ਅਦਰ ਇੰਪੋਰਟੈਂਟ ਪੁਆਇੰਟਸ ਜੋ ਇਹਨਾਂ ਦੀਆਂ ਜੀ, ਰੇਗਿਸਤਾਨ ਵਿੱਚ ਲੱਕੜਹਾਰਾ, ਮੈਂ ਜੋ ਬੀਤ ਗਿਆ, ਟੁੱਕੀਆਂ ਜੀਭਾਂ ਵਾਲੇ, ਸਾਰੇ ਬਹੁਤ ਇੰਪੋਰਟੈਂਟ ਹੈ ਜੀ। ਡਾਕਟਰ ਹਰਭਜਨ ਸਿੰਘ ਨੈਕਸਟ SS ਮੀਸ਼ਾ, ਨੋਨ ਐਜ ਮਾਸਟਰ ਆਫ ਸਟਾਇਰ, ਦਸਤਕ, ਧੀਮੇ ਬੋਲ, ਚੁਰਸਤਾ, ਮੋਮ ਜਾਮਾ, ਚੀਕ ਬੁਲਬਲੀ, ਇਹਨਾਂ ਦੀਆਂ ਇੰਪੋਰਟੈਂਟ ਵਰਕਸ ਰਹੇ ਜੀ। ਸਾਹਿਤ ਅਕੈਡਮੀ ਅਵਾਰਡ ਮਿਲਿਆ ਸੀ ਇਹਨਾਂ ਨੂੰ ਕੱਚ ਦੇ ਵਸਤਰ ਵਾਸਤੇ, ਜੋ ਕਿ ਕਾਫੀ ਇੰਪੋਰਟੈਂਟ ਹੈ ਜੀ। SS ਮੀਸ਼ਾ
नोन एज मास्टर ऑफ स्टाइल, ये भी इंपॉर्टेंट है। ओके, तो अपना शुरू हो रहा है जी नॉवलिस्ट्स। नॉवलिस्ट भी सब तो पहला नानक सिंह, जिन्होंने कहा जाता है फादर ऑफ पंजाबी नॉवल। ठीक है जी, बहुत इंपॉर्टेंट है, फादर ऑफ पंजाबी नॉवल तुम्हें पता होना चाहिए जी। नैक्सट, इन्होंने जो साहित्य अकैडमी अवार्ड मिलिया से, वो मिलया से इन्होंने एक म्यान दो तलवारा के वास्ते। बट इन्हें जो फेमस बुक सी या फिर नॉवल सी, वो सी इन्हों की पवित्र पापी। पवित्र पापी उपर काफ़ी कम होया सीगा। ठीक है जी, होर जो इन्होंने फेमस नॉवल्स रहे सीगे, वो सीगे चिट्टा लहू, प्यार दी दुनिया, धुंधले पछावें, लव मैरिज, गरीब दी दुनिया ते अद किड़े फुल। पवित्र पापी बारे देख रहा हूँ। पवित्र पापी वॉज ट्रांसलेटेड इन टू इंग्लिश टाइटल्ड सेंटली सिनर बाय हिज ग्रैंडसन नवदेव सिंह सूरी। सेंटली सिनर इंपॉर्टेंट है जी। पवित्र पापी वॉज ऑल्सो ट्रांसलेटेड इन टू रशियन लैंग्वेज। पवित्र पापी वॉज ऑल्सो अ सक्सैसफुल मोशन पिक्चर। ठीक है जी, ये सारी थोड़ी इनफॉर्मेशन पवित्र पापी बारे पता होनी चाहिए जी। नैक्सट, जो नॉवल सी जी खून के शोले ते अग दे खेड, वो पार्टीशन वेले दे सीगे जी। होर जिहड़े इन्हां दे फेमस नॉवल रहे, कटी हुई पतंग, सुमन कांता, आदमखोर, नासूर ते बंजर। इन्हां दे जो सी ओह लिटरेरी करियर दे लास्ट फाइनल फेज वेले दे सीगे जी। ओह उस टाइम उन्होंने ऑलमोस्ट कम छड्ड दित्ता सीगा, उस टाइम दे जो नॉवल सी ओह ए सीगे जी। नैक्सट, गवर्नमेंट ऑफ इंडिया ने इन्हां दे उपर स्टैंप्स भी इशू कीतियां सीगियां 1998 दे विच, उन्हां दे काम दी रिकॉग्नाइजेशन वास्ते, जो भी उन्होंने सर्विस प्रोवाइड की उस वास्ते गवर्नमेंट ऑफ इंडिया ने स्टैम्प्स इशू किए थे। कल्ले ऐसे पंजाबी लिटरेचर के बंदे रहे हैं जिन्हों के उपर स्टैम्प्स इशू किए ने गवर्नमेंट ऑफ इंडिया ने, इस करके बहुत इंपॉर्टेंट है, तुम्हें पता होना चाहिए। नैक्सट नैक्सट आने अपने जसवंत सिंह कंवल, रिसीव्ड साहित्य अकैडमी अवार्ड फॉर तुसालू दी हंसो। इंपॉर्टेंट बुक है तुसालू दी हंसो। इन्होंने खिताब मिला सी डॉक्टर ऑफ लिटरेचर बाय गुरु नानक देव यूनिवर्सिटी, ये बहुत इंपॉर्टेंट है जी, पता होना चाहिए थोनों। इन्हें फेमस बुक पूर्णमाशी, रात बाकी है, मित्र प्यारे नू, तारीख वेखदी है, जय भवानी। इन्हें बुक सी लहू दी लो, जो कि पंजाब दे विच नक्सल मूवमेंट दे उपर सी जी, ते इसकी जो प्रिंटिंग होंगी सी वह सिंगापुर विच होंगी सी, ते उस तो बाद बुक इत्थे आउंदी सी क्योंकि इत्थे दे हालात ठीक नहीं सीगे। काफ़ी फेमस बुक रही सी जी लहू दी लो। नैक्सट आउंदे जी गुरदयाल सिंह राही, इन्हें रिसीव किया सॉरी जनपीठ अवार्ड। इस सैकेंड राइटर रहे ने जी जिन्हों जनपीठ अवार्ड मिला सी, फर्स्ट सी अपने अमृता प्रीतम जी। अमृता प्रीतम जी ने मिला सीगा कागज़ ते कैनवस वास्ते जी, जो कि काफ़ी फेमस रही अमृता प्रीतम की। तो उस तो बाद जो नैक्सट बंदे रहे ने वो गुरदयाल सिंह राही रहे ने। और इन्होंने जो अवार्ड मिले ने पद्म श्री, श्रोमणी साहित्यकार अवार्ड। ठीक है जी, इन्हों के अवार्ड्स ने जी, जो इन्हें फेमस बुक रहे मरी का दीवा, रेत की मुठ्ठी, परसा, अध चानली रात, ये काफ़ी फेमस बुक्स ने जी इन्हों, बस आप इतने उ कवर कर रहे हैं। ठीक है, इन्ह इन्हों के उपर जो बुक्स के उपर मूवी भी बनी है, तो नैशनल अवार्ड भी मिले उन्होंने, गोल्डन पीकॉक अवार्ड भी मिले। तो बुक्स अन्ने घोड़े का दान, आर्म्स ऑफ ब्लाइंड हॉर्स, मड़ी का दीवा, इंपॉर्टेंट ने जी दोनों बुक्स। नैक्सट, दिलीप कौर टिवाना। दिलीप कौर टिवाना मैम जो ने वह काफ़ी फेमस ने जी। ठीक है, इन्होंने काफ़ी अवार्ड मिले ने, कल्ले मैडम ने जिन्होंने नैशनल इंटरनेशनल अवार्ड मिले ने जी फॉर पंजाबी राइटिंग्स वास्ते। ठीक है जी, आफ्टर हरभजन सिंह टिवाना इज सैकेंड टू रिसीव सरस्वती सम्मान फॉर कथा खो उर्वशी। कथा खो उर्वशी अपन एट्थ क्लास भी है जी, एट्थ 9th। ठीक है जी, नैक्सट रिसीव्ड साहित्य अकैडमी अवार्ड फॉर एहो हमारा जीवना, काफ़ी फेमस है जी। भी होर जो इन्होंने अवार्ड मिले जी, पद्मश्री अवार्ड, पंज पाणी अवार्ड, कैनेडियन इंटरनेशनल एसोसीएशन ऑफ पंजाबी ऑथर्स, इन्होंने इंटरनेशनल अवार्ड भी मिले ने जी। वो भी बहुत अवार्ड मिले जी इन्हों, बट ये इंपॉर्टेंट ने। नैक्सट इंपॉर्टेंट जो नॉवल्स रहे जी इन्हें, अग्नि प्रीख्या, एह हमारा जीवना, सूरज के समुद्र, दूसरी सीता, धुप छां ते रुख, हे राम, सब देश पराए, लंबी उडारी, कथा कहो उर्वशी। इन्हें फेमस ऑटोबायोग्राफीज जो ने जी, नंगे पैरों का सफर, पूछते हो तो सुनो, ते तुरद्या तुरद्या,
सारी जो भी है जी स्लाइड बहुत इंपॉर्टेंट है, थोड़ा सारा कुछ दिलीप कौर टिवाना जी बारे पता होना चाहिए, काफ़ी इस क्वेश्चन आए हुए हैं पहला भी। ओके नैक्सट देखते हैं जी। ओके तो प्ले राइटर शुरू हो रही हैं अपने। सो तो पहले राइटर ईश्वर चंद्र नंदा, आईसी नंदा, वेरी इंपॉर्टेंट इन्होंने पर क्वेश्चन आए हुए हैं जी पहला भी, नोन एज फादर ऑफ पंजाबी ड्रामा। ईश्वर चंद्र जी ने स्कूल ज्वाइन किया स्कूल ऑफ ड्रामा जो कि सीगा नोरा रिचर्ड का। नोरा रिचर्ड्स एक रशियन सी जिन्होंने इतने एक पंजाबी सीखी तो उस तो बाद उन्होंने प्लेस के उपर काफ़ी काम किया। होर भी काफ़ी जिहड़े प्ले राइटर सीगे उन्होंने स्कूल ज्वाइन किया नोरा रिचर्ड्स का, जिमें कि बलवंत गार्गी। इन्हों का जो पहला स्कूल सीगा वह हिमाचल प्रदेश के विच सी। नोरा रिचर्ड नू नक्कड़ दादी ऑफ पंजाबी थिएटर भी कहा जाता है, इंपॉर्टेंट है, काफ़ी क्वेश्चन इस दे उपर आए हुए हैं पहला भी। होर इन्हों जो नाम दिता गया सीगा वह सीगा लेडी ग्रॉगरी ऑफ पंजाब, इंपॉर्टेंट है जी, जिमें गॉर्जियस लेडी कह दें आप ग्रेगरी ऑफ पंजाब, लेडी ग्रेगरी ऑफ पंजाब। नैक्सट मिसिज रिचर्ड ने फस्ट जो प्ले सी पंजाब का पंजाबी दे विच जिहदा नाम सीगा दुल्हन वह ऑर्गनाइज करवाया सी, ते जो प्ले सी वह राइट किया गया सीगा आईसी नंदा जी द्वारा, तो यह 1914 दे विच आए सी। प्ले का नाम सी दुल्हन, वेरी इंपॉर्टेंट। आईसी नंदा जी ने शेक्सपियर द प्ले मर्चेंट ऑफ वीनस, मर्चेंट ऑफ वीनस ट्रांसलेट किया सी पंजाबी दे विच, ते उसनु नाम दिता शामू शाह, यह इंपॉर्टेंट है, इस दे उपर क्वेश्चन आया हुआ। क्वेश्चन सीगा भी शेक्सपियर दा प्ले किन्ना ने ट्रांसलेट किया सीगा पंजाबी दे विच, वेरी इंपॉर्टेंट। नैक्सट प्ले जिहड़े इन्हां दे सीगे जी सुभद्रा ते लिली दा विआह, उस दे विच स्ट्रोंगली इन्हां ने फेवर किया विडो रीमैरिज एंड लव मैरिज दे उपर, यह सब इंपॉर्टेंट है। ओके लास्ट टॉपिक आ गई अपना शॉर्ट स्टोरी राइटर्स। सो तो पहले कुलवंत सिंह विर्क नोन एज निक्की कहानी का बादशाह, इंपॉर्टेंट है जी, ये नैशनल साहित्य अकैडमी अवार्ड मिला से इन्हों फॉर दुद्ध का छप्पड़, इंपॉर्टेंट है जी। अदर इंपॉर्टेंट वर्क्स तूड़ी की पंड, धरती ते आकाश। नैक्सट आ करतार सिंह दुग्गल ऑनर्ड एज बेस्ट स्टोरी टैलर बाय पंजाब गवर्नमेंट, इंपॉर्टेंट है। नैक्सट रसीव किया इन्होंने साहित्य अकैडमी अवार्ड फॉर एक चित चानन दी, एक चित चानन दी। और जो फेमस राइटिंग्स रही इन्हों की कुड़ी कहानी कर दी गई, अग खाण वाले, नवा घर, नवा घर जो सीगा जी पार्टीशन वेले का सीगा। नैक्सट पंडित शारदा राम फलौरी इन्होंने क्रिएट की सी हिंदू आरती जिसका नाम है ओम जय जगदीश हरे, यह भी एग्जाम के आया हुआ क्वेश्चन है जी, पंडित शारदा राम फलौरी, फलौर दे सीगे ये इस करके। ओके इत्थे अपना टॉपिक खत्म हो रहा है। ओके बिल्कुल छोटी जी अपना रिविजन दे दें, घबराना नहीं है, देखो बस बिल्कुल छोटी जी होगी। बाबा फरीद शकरगंज जी कहा जाता जी फादर ऑफ पंजाबी पोएट्री, इन्होंने बहुत पोइट्स लिखिया सी, पोइम्स लिखे सॉरी, इस करके इन्होंने कहा गया फादर ऑफ पंजाबी पोएट्री। नैक्सट देखते हैं जी आप, नैक्सट आता जी भाई वीर सिंह, देखो इतों मॉडर्न पंजाबी लिटरेचर शुरू हो रहा है, इसी करके इन्होंने कहा गया फादर ऑफ मॉडर्न पंजाबी लिटरेचर, ठीक है जी। होर इन्होंने जो नाम दिए गए हैं वर्ड्स वर्थ ऑफ पंजाबी लिटरेचर, सिक्स्थ रिवर ऑफ पंजाब, ठीक है जी, सारे इंपॉर्टेंट ने, पता होना चाहिए थोड़ा। नैक्सट देखते हैं भाई वीर सिंह फादर ऑफ मॉडर्न पंजाबी लिटरेचर। नैक्सट देखो इन्होंने धनी राम चात्री जी ने टाइप सैट दिता से गुरमुखी स्क्रिप्ट का जी, ठीक है जी, इस करके इन्होंने पंजाबीयत को फैलाया, तो इस करके इन्होंने कहा गया पोइट ऑफ पंजाबीयत, धनी राम चात्रिक पोइट ऑफ पंजाबीयत टाइप सैट दिता जी इन्होंने। ओके नैक्सट देखते हैं जी शिव कुमार बटालवी जी, बी तो बटालवी जी, बी तो बिरहा दे सुल्तान, ठीक है जी, ईजीली लर्न हो जाएगा शिव कुमार बटालवी जी। इन्हें स्टोरी सी जी कि यह जो गए सीगे किसी जगह पर घूमन गए, उत्थे इन्हें एक लड़की नाल प्यार हो गया जी, तो जो वापस उस जगह पर आते हैं उन्होंने पता लगता है कि उस लड़की की डैथ हो गई, तो उस तो बाद बिरहा दे सुल्तान बन गए जी। बहुत इन्हों सैड कवितावान होंदिया सीगियां, तो इन्हों की आपकी भी डैथ जो सी बहुत जल्दी हो गई सी, 32 ईयर्स इन्हें डैथ हो गई सी। चलो मैं थोड़ा लर्न हो जाएगा, तो
एक इंपॉर्टेंट है जी, बहुत फेमस रहे ने शिव कुमार बटालवी जी, बिरहां दा सुल्तान। नेक्स्ट डॉक्टर हरभजन सिंह जी, जो हरभजन सिंह इंडियन क्रिकेट टीम दे विच सीगे, उन्होंने गुगली की इनवेंशन की सी। ते इत्थे भी जो मतलब कि न्यू जनरेशन जिवें कह लो, वह डॉक्टर हरभजन सिंह जी ने दित्ती सी पंजाबी नू, इस करके ईयर ऑफ मैन ते पंजाबी पोइट ऑफ न्यू जनरेशन। ठीक है, कुछ नवापन लैके आए थे डॉक्टर हरभजन सिंह। नैक्सट SSS मीशा, देखो ये तीन तीन बार हो गया, मीशा दे विच भी एस आ गया, इस करके मास्टर ऑफ स्टायर एस तो ही जी। ठीक है जी, ईजीली लर्न हो जाएगा, सिर्फ इसी करके ये चीज रट्टा लगाया जा रहा है एक आपां नू। नैक्सट देखते जी, नानक सिंह नॉवलिस शुरू हो रही है, तो इन्हों कहा गया जी फादर ऑफ पंजाबी नॉवल। और लर्न करना तो एन तो ही इतने आ गई, एन ही नानक सिंह दे विच ते पंजाबी नॉवल्स दे विच भी आ गए। तो एक होर गल जी, मैक्सीम नॉवल्स ने जो मेरे ख्याल ऑलमोस्ट 92 तो भी मोर दैन 92 इन्होंने नॉवल्स लिखे जी, इस करके इन्हों फादर ऑफ पंजाबी नॉवल कहा गया जी। नैक्सट देखते हैं, वह कितने शुरू हो रहे हैं जी, प्ले राइटिंग्स तो ये सब तो पहला आते हैं, फादर ऑफ पंजाबी ड्रामास IC नंदा, ईश्वर चंद्र नंदा। देखो इन्हों ने जो स्कूल ज्वाइन किया मैडम सी नौरा रिचर्ड्स, जिन्होंने उरे आके सब तो पहला प्लेस के स्कूल खोले, इस करके उन्होंने नाम दिता गया नक्कड़ दादी। नक्कड़ दादी के स्कूल जो फर्स्ट परसन बन के निकले वे IC नंदा जी, इस करके उन्होंने कहा गया फादर ऑफ पंजाबी ड्रामा, वेरी इंपॉर्टेंट जी। ठीक है, प्लस इन्होंने फर्स्ट प्ले भी जो क्रिएट किया दुल्हन, इस करके भी इन्होंने फादर ऑफ पंजाबी ड्रामा कहा गया जी। तो दोनों चीज़ें लर्न होनी चाहिए नहीं, इंपॉर्टेंट ने। नक्कड़ दादी एन तो हो गई, नाले नौरा रिचर्ड्स। नैक्सट देखते हैं, ओके इतने लास्ट नाम है जी, वो है वो निक्की कहानी का बादशाह कुलवंत सिंह विरक जी ने कहा गया। ठीक है जी, जो बादशाह अजकल बड़े रैप कर रहे हैं जी, ए मान लो कि वो कास्ट जो विरक है, तो इस करके थोड़ा ईजीली लर्न हो जाएगा निक्की कहानी का बादशाह कुलवंत सिंह विरक। ठीक है जी, फोकस करना थोड़ा जहा इस चीज़ के उपर। ओके इतों MCQ शुरू हो रही फिर हूँ। ओके फर्स्ट MCQ आ गई अपना, लैंग्वेज स्पोकन ऑन द रीजनल बेसिस इज कॉल्ड, लैंग्वेज पंजाबी हो गई जी, रीजनल बेसिस हरेक एक डिस्ट्रिक्ट हो गया जी, तो डिस्ट्रिक्ट के हिसाब न जो अपनी लैंग्वेज है जी वो डिवाइड होती है। फिर हूँ की कहा जाता है डायलैक्ट्स, यानी कि उप बोली, हूनी हूनी नाल ही याद करना डायलैक्ट उप बोली, लैंग्वेज स्पोकन ऑन द रीजनल बेसिस डायलैक्ट होती है जी। नैक्सट इन द प्रेजेंट पंजाब नंबर ऑफ डायलैक्ट इज, देखो टोटल पंजाब दे विच 6 बोलियां आंदे नी, ते हुण जो पंजाब वंड तो बाद उहदे विच सिर्फ 4 उप बोलियां ने जी। नैक्सट विच ऑफ द फॉलोइंग स्क्रिप्ट इज यूज फॉर राइटिंग पंजाबी, वेरी इजी क्वेश्चन, पता होना चाहिए थोनों, गुरमुखी बहुत बारी पढ़ लिया आपां, इंडिया दे विच गुरमुखी ते पाकिस्तान दे विच शाहमुखी। नैक्सट देखते हैं, विच ऑफ द फॉलोइंग डायलैक्ट इज स्पोकन इन अमृतसर एंड तरन तारण डिस्ट्रिक्ट, इतने टैग पी याद करो जी, जो लर्न किया टैग पी हैश टैग वाला। ठीक है जी, वो सीगा माझी वास्ते। नैक्सट मलवई अ डायलैक्ट ऑफ पंजाबी इज स्पोकन इन विच ऑफ द फॉलोइंग डिस्ट्रिक्ट, इतने आप लर्न किया FFF वाला इंपॉर्टेंट सीगा, FFF। नैक्सट सीगा सैंपल बी, तो उन्होंने जो आते हैं पटियाला ते बठिंडा बोथ BNC। नैक्सट पौधी स्पोकन इन विच ऑफ द फॉलोइंग डिस्ट्रिक्ट ऑफ पंजाब, पौधी मैं दसिया सी थोनू KKRR। ठीक है जी, इस करके रूपनगर। नैक्सट देखते हैं, विच लैंग्वेज इज कंसिडर्ड टू बी द मदर ऑफ पंजाबी लैंग्वेज, इंपॉर्टेंट है जी, ये है वैदिक संस्कृत। हु इज नोन एज बाबा बोर ऑफ पंजाबी लिटरेचर, ये इंपॉर्टेंट है जी, इस चीज़ बारे अपन नहीं पढ़िया, इस इन्फॉर्मेशन मैंने इन्नी नहीं डीप मिली जी कि, इस करके मैं इसका डायरेक्टली MCQ भी पाता। तो ये संत सिंह सेखो, इन्हों साहित्य अकैडमी अवार्ड भी मिले जी, मित्र प्यारे वास्ते, तो पद्मश्री भी मिले संत सिंह सेखो। नैक्सट बिरहां दा सुल्तान, हुणे आपां पढ़ के आए जी शिव कुमार बटालवी। नैक्सट हु इज नोन एज फादर ऑफ पंजाबी पोएट्री, फादर ऑफ पंजाबी पोएट्री हुणे पढ़े जी आपां
ਹਾਂਜੀ ਬਾਬਾ ਫਰੀਦ ਸ਼ਕਰਗੰਜ ਜੀ। ਨੈਕਸਟ, ਹੂ ਇਜ਼ ਨੋਨ ਐਜ਼ ਫਾਦਰ ਆਫ ਮਾਡਰਨ ਪੰਜਾਬੀ ਪੋਇਟਰੀ। ਦੇਖੋ ਜੀ, ਇੱਥੇ ਤੁਸੀਂ ਕਹਿ ਰਹੇ ਹੋ ਕਿ ਭਾਈ ਵੀਰ ਸਿੰਘ, ਤਾਂ ਉਹ ਗਲਤ ਹੈ ਜੀ। ਰੀਜ਼ਨ, ਉਹ ਹੈਗੇ ਫਾਦਰ ਆਫ ਪੰਜਾਬੀ ਮਾਡਰਨ ਲਿਟਰੇਚਰ, ਅਤੇ ਇਹ ਆਪਾਂ ਪੜ੍ਹਿਆ ਫਾਦਰ ਆਫ ਮਾਡਰਨ ਪੰਜਾਬੀ ਪੋਇਟਰੀ। ਠੀਕ ਹੈ, ਧਿਆਨ ਨਾਲ ਕਰਨਾ, ਇਹ ਨਾ ਹੋਵੇ ਕਿ ਉੱਥੇ ਵੀ ਤੁਸੀਂ ਗਲਤ ਕਰਿਆ ਹੋ। ਇਸੀ ਕਰਕੇ ਪੂਰਾ ਕੰਸਨਟ੍ਰੇਸ਼ਨ ਨਾਲ ਪੜ੍ਹਨਾ, ਫਿਰ ਆਨਸਰ ਦੇਣਾ। ਅਤੇ ਹੈਗੇ ਪ੍ਰੋਫੈਸਰ ਮੋਹਨ ਸਿੰਘ, ਇਹਨਾਂ ਨੂੰ ਕਿਹਾ ਗਿਆ ਫਾਦਰ ਆਫ ਮਾਡਰਨ ਪੰਜਾਬੀ ਪੋਇਟਰੀ। ਨੈਕਸਟ, ਹੂ ਇਜ਼ ਕੰਸੀਡਰ ਟੂ ਬੀ ਦਾ ਫਸਟ ਸੂਫੀ ਪੋਇਟ ਆਫ ਪੰਜਾਬੀ ਲਿਟਰੇਚਰ। ਇਹ ਆਪਾਂ ਪੜ੍ਹੇ ਜੀ ਹੁਣੀ, ਬਾਬਾ ਫਰੀਦ ਸ਼ਕਰਗੰਜ ਜੀ। ਨੈਕਸਟ, ਹੂ ਇਜ਼ ਵੈਲ ਨੋਨ ਰਿਸਰਚਰ ਆਫ ਪੰਜਾਬੀ ਲਿਟਰੇਚਰ। ਜਿਹੜੇ ਪੰਜਾਬੀ ਲਿਟਰੇਚਰ ਦੇ ਉੱਪਰ ਰਿਸਰਚ ਜਿਹੜੇ ਕਾਫੀ ਇਹਨਾਂ ਨੇ ਕੀਤਾ ਸੀਗਾ ਜੀ, ਅਤੇ ਹੈਗੇ ਜੀ ਹਰਨਾਮ ਸਿੰਘ ਸ਼ਾਹ। ਇਹਨਾਂ ਬਾਰੇ ਕੋਈ ਇੰਨੀ ਇਨਫੋਰਮੇਸ਼ਨ ਮੈਨੂੰ ਨਹੀਂ ਮਿਲੀ ਜੀ, ਇਸ ਕਰਕੇ ਜੇ ਤੁਸੀਂ ਆਪ ਹੀ ਚੈੱਕ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰੋ। ਹਰਨਾਮ ਸਿੰਘ ਸ਼ਾਨ, ਇਹਨਾਂ ਨੇ ਕੀਤਾ ਸੀ ਰਿਸਰਚ, ਕੀਤੀ ਸੀ ਪੰਜਾਬੀ ਲਿਟਰੇਚਰ ਦੇ ਉੱਪਰ। ਨੈਕਸਟ, ਹੂ ਵਾਜ਼ ਦਾ ਫਸਟ ਵੂਮੈਨ ਟੂ ਵਿਨ ਸਾਹਿਤ ਅਕੈਡਮੀ ਅਵਾਰਡ ਇਨ ਪੰਜਾਬੀ। ਇਹ ਬਹੁਤ ਇੰਪੋਰਟੈਂਟ ਹੈ ਜੀ, ਕਾਫੀ ਵਾਰ ਐਗਜ਼ਾਮ 'ਚ ਆਇਆ ਹੋਇਆ। ਹਾਂਜੀ ਬਿਲਕੁਲ ਸਹੀ, ਅੰਮ੍ਰਿਤਾ ਪ੍ਰੀਤਮ ਫੋਰ ਸੁਨਹਿਰੇ। ਠੀਕ ਹੈ ਜੀ, ਇਹਨਾਂ ਦੀ ਉਹ ਪੜ੍ਹਿਆ ਸੀ ਆਪਾਂ, ਵੀ ਇਹਨਾਂ ਨੇ ਸੁਨਹਿਰੇ ਵਾਸਤੇ ਇਹਨਾਂ ਨੂੰ ਮਿਲਿਆ ਸੀਗਾ ਜੀ ਸਾਹਿਤ ਅਕੈਡਮੀ ਅਵਾਰਡ। ਨੈਕਸਟ, ਹੂ ਵਾਜ਼ ਦਾ ਫਸਟ ਟੂ ਰਿਸੀਵ ਸਰਸਵਤੀ ਪੁਰਸਕਾਰ ਇਨ ਪੰਜਾਬੀ। ਬਹੁਤ ਇੰਪੋਰਟੈਂਟ ਹੈ ਇਹ ਵੀ, ਮੈਂ ਤੁਹਾਨੂੰ ਉਸ ਟਾਈਮ ਦੱਸਿਆ ਸੀਗਾ ਜੀ ਸਰਸਵਤੀ ਸਨਮਾਨ। ਹਾਂਜੀ ਬਿਲਕੁਲ ਸਹੀ, ਹਰਭਜਨ ਸਿੰਘ, ਇਹਨਾਂ ਨੇ ਲਿਖਿਆ ਸੀ ਰੁੱਖ ਤੇ ਰਿਸ਼ੀ ਵਾਸਤੇ। ਨੈਕਸਟ, ਓਕੇ ਨੈਕਸਟ, ਫਾਰ ਵਿੱਚ ਬੁੱਕ ਅੰਮ੍ਰਿਤਾ ਪ੍ਰੀਤਮ ਗੋਟ ਜਨਪੀਠ ਅਵਾਰਡ। ਜਨਪੀਠ ਅਵਾਰਡ ਅੰਮ੍ਰਿਤਾ ਪ੍ਰੀਤਮ ਨੂੰ ਮਿਲੀ ਸੀਗੀ ਜੀ ਫੋਰ ਕਾਗਜ਼ ਤੇ ਕੈਨਵਸ, ਇੰਪੋਰਟੈਂਟ ਹੈ ਜੀ ਇਹ। ਨੈਕਸਟ, ਫਾਰ ਵਿੱਚ ਪੰਜਾਬੀ ਨੋਵਲ ਗੁਰਦਿਆਲ ਸਿੰਘ ਵਾਜ਼ ਅਵਾਰਡਿਡ ਸਾਹਿਤ ਅਕੈਡਮੀ ਅਵਾਰਡ। ਸਾਹਿਤ ਅਕੈਡਮੀ ਅਵਾਰਡ ਗੁਰਦਿਆਲ ਸਿੰਘ ਨੂੰ ਮਿਲੀ ਸੀਗੀ ਜੀ, ਨੋਵਲ ਇਹਨਾਂ ਦਾ ਸੀ ਅੱਧ ਚਾਨਣੀ ਰਾਤ। ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈ ਅੱਧ ਚਾਨਣੀ ਰਾਤ। ਨੈਕਸਟ, ਇਹ ਸ਼ਿਵ ਕੁਮਾਰ ਬਟਾਲਵੀ ਜੀ ਦਾ ਆ ਗਿਆ ਜੀ, ਇਹਨਾਂ ਨੂੰ ਸਾਹਿਤ ਅਕੈਡਮੀ ਅਵਾਰਡ ਮਿਲਿਆ ਸੀ ਫੋਰ ਵਿੱਚ ਬੁੱਕ, ਇਹਨਾਂ ਨੇ ਲਿਖੀ ਸੀ ਜੀ ਲੂਣਾ। ਨੈਕਸਟ, ਪ੍ਰਸਿੱਧੀ ਟਿਕਟ ਜੋ ਕਿ ਆਟੋਬਾਇਓਗ੍ਰਾਫੀ, ਕਿੰਨਾ ਦੀ ਹੈ ਜੀ ਉਹ? ਅੰਮ੍ਰਿਤਾ ਪ੍ਰੀਤਮ, ਵੈਰੀ ਇੰਪੋਰਟੈਂਟ। ਨੈਕਸਟ, ਆਟੋਬਾਇਓਗ੍ਰਾਫੀ ਆਫ ਬਲਵੰਤ ਗਾਰਗੀ, ਮੈਂ ਤੁਹਾਨੂੰ ਦੱਸੀ ਸੀਗੀ ਜੀ ਨੰਗੀ ਧੁੱਪ ਜਾਂ ਫਿਰ ਨੇਕਡ ਟ੍ਰਾਇਐਂਗਲ, ਇੰਪੋਰਟੈਂਟ ਹੈ ਜੀ। ਤੁਹਾਨੂੰ ਇੰਗਲਿਸ਼ ਵਰਜ਼ਨ ਵੀ ਇਸਦਾ ਪਤਾ ਹੋਣਾ ਚਾਹੀਦਾ, ਇੰਗਲਿਸ਼ ਵਿੱਚ ਉਹਨੂੰ ਕੀ ਕਹਿੰਦੇ ਆ ਨੇਕਡ ਟ੍ਰਾਇਐਂਗਲ। ਨੈਕਸਟ, ਹੂ ਅਮੰਗ ਦ ਫੋਲੋਇੰਗ ਸਟਾਰਟਿਡ ਪੰਜਾਬੀ ਮੈਗਜ਼ੀਨ ਪ੍ਰੀਤ ਲੜੀ। ਇਹ ਸੀਗੀ ਜੀ ਗੁਰਬਖਸ਼ ਸਿੰਘ ਦੀ, ਇਹ ਇੰਪੋਰਟੈਂਟ ਹੈ ਜੀ, ਐਗਜ਼ਾਮ 'ਚ ਆਇਆ ਕੁਸ਼ਚਨ, ਇਸ ਕਰਕੇ ਮੈਂ ਐਮਸੀਕਿਊਜ਼ 'ਚ ਪਾਇਆ ਹੋਇਆ ਇਹ, ਪ੍ਰੀਤ ਲੜੀ ਗੁਰਬਖਸ਼ ਸਿੰਘ ਜੀ ਦੀ। ਨੈਕਸਟ, ਵਿਚ ਆਫ ਦ ਫੋਲੋਇੰਗ ਨੋਵਲ ਬਾਏ ਜਸਵੰਤ ਸਿੰਘ ਕੰਵਲ ਵਾਸ ਗਿਵਨ ਸਾਹਿਤ ਅਕੈਡਮੀ ਅਵਾਰਡ। ਠੀਕ ਹੈ ਜੀ, ਜਸਵੰਤ ਸਿੰਘ ਕੰਵਲ ਜੀ ਨੂੰ ਮਿਲੇ ਸੀ ਸਾਹਿਤ ਅਕੈਡਮੀ ਅਵਾਰਡ ਫੋਰ ਤਸਾਲੀ ਦੀ ਹੰਸੋ ਜੀ, ਇੰਪੋਰਟੈਂਟ ਹੈ ਵੀ। ਨੈਕਸਟ, ਗਗਨ ਮੇਥਾਲ ਇੱਕ ਪੰਜਾਬੀ ਡਰਾਮਾ ਜੀ ਔਨ ਦਾ ਲਾਈਫ ਆਫ ਗੁਰੂ ਨਾਨਕ ਵਾਸ ਰਿਟਨ ਬਾਏ, ਇਹ ਸੀਗਾ ਜੀ ਬਾਏ ਬਲਵੰਤ ਗਾਰਗੀ। ਇਸ ਦੇ ਉੱਪਰ ਵੀ ਕੁਸ਼ਚਨ ਆਇਆ ਹੋਇਆ ਜੀ ਇੱਕ ਵਾਰ, ਇਹ ਇਸ ਕਰਕੇ ਇੰਪੋਰਟੈਂਟ ਹੈ ਇਹਨੂੰ ਲਰਨ ਕਰਨਾ। ਨੈਕਸਟ, ਸ਼ਾਮੂ ਸ਼ਾਹ ਬੇਸਡ ਔਨ ਸ਼ੇਕਸਪੀਅਰਸ ਪਲੇ ਦ ਮਰਚੈਂਟ ਆਫ ਵੈਨਿਸ ਵਾਸ ਟਰਾਂਸਲੇਟਡ ਬਾਏ, ਸੇਮ ਉਹੀ ਕੁਸ਼ਚਨ ਪਾਇਆ ਹੋਇਆ ਜੀ, ਇਹ ਵੀ ਐਗਜ਼ਾਮ 'ਚ ਆਇਆ ਹੋਇਆ ਆਈ ਸੀ ਨੰਦਾ। ਨੈਕਸਟ, ਓਕੇ ਨੈਕਸਟ ਆਉਂਦੇ ਜੀ, ਹੂ ਵਾਜ਼ ਫੇਮਸ ਹਿਊਮਰਸ ਪੋਇਟ ਆਫ ਪੰਜਾਬੀ। ਇਹ ਕਾਫੀ ਫਨੀ ਕਵਿਤਾਵਾਂ ਲਿਖਦੇ ਸੀਗੇ ਜੀ, ਅਤੇ ਇਹ ਫਰੀਡਮ ਫਾਈਟਰ ਸੀਗੇ, ਚਰਨ ਸਿੰਘ ਸ਼ਹੀਦ, ਵੈਰੀ ਇੰਪੋਰਟੈਂਟ, ਚਰਨ ਸਿੰਘ ਸ਼ਹੀਦ। ਨੈਕਸਟ ਆਉਂਦੇ ਜੀ, ਹੂ ਅਮੰਗ ਦ ਫੋਲੋਇੰਗ ਇਜ਼ ਦਾ ਔਥਰ ਆਫ ਪਾਕਿਸਤਾਨੀ ਮੇਲ ਔਨ ਹੂਜ ਇੰਗਲਿਸ਼ ਵਰਜ਼ਨ ਟ੍ਰੇਨ ਟੂ ਪਾਕਿਸਤਾਨ ਅ ਫਿਲਮ ਔਨ ਦਾ ਸੇਮ ਨੇਮ ਹੈਜ਼ ਬੀਨ ਮੇਡ। ਬਹੁਤ ਇੰਪੋਰਟੈਂਟ ਹੈ ਜੀ, ਕਾਫੀ ਵਾਰ ਆਇਆ ਹੋਇਆ ਕੁਸ਼ਚਨ, ਠੀਕ ਹੈ, ਈਵਨ ਪੀ ਸੀ ਐਸ ਵਗੈਰਾ ਦੇ ਵੀ ਉਸਦੇ ਵਿੱਚ ਆਇਆ ਹੋਇਆ ਇਹ, ਅਤੇ ਇਹ ਸੀਗਾ ਜੀ ਖੁਸ਼ਵੰਤ ਸਿੰਘ।
नेक्स्ट ननकयान एन एपिकल पोइम, ननकयान एन एपिकल पोइम ऑन द लाइफ ऑफ गुरु नानक देव जी इज रिटन बाय, इंपॉर्टेंट है जी भी यह, प्रोफेसर मोहन सिंह, मैं भी लर्न करना जी। नेक्स्ट मेरे साइया जियो द फर्स्ट साहित्य अकेडमी अवार्ड विनिंग बुक ऑफ पोएम वॉज रिटन बाय, ये आप किया जी थोड़ा आना चाहिए, ये भाई वीर सिंह। नेक्स्ट ये फर्स्ट क्रिएटर ने जी, ये मैं एज ए क्वेश्चन फॉर्म तो नहीं पाया बट इन एवं लर्न कर लो थोड़ा ईजी हो जाएगा थोड़े वास्ते, पूरन भगत जी का सी, सॉरी पूरन भगत एक जो किस्सा सीगा वो लिखा सीगा कदर यार ने, सोनी महिवाल जो लिखा सी वो लिखे फजल शाह ने, ते मिर्जा साहिबा लिखा सीगा जी पीलू ने, एवं ने जी मैं अच्छी तरह लर्न कर लो पता होना चाहिए थोनों। नेक्स्ट हू रोट अव्वल अल्लाह नूर उपाया कुदरत के सब कुदरत दे सब बंदे, ये लिखा सीगा जी भगत कबीर जी ने, वेरी इंपॉर्टेंट पता होना चाहिए। ओके नेक्स्ट आंदा जी हू रोट फेमस आरती ओम जय जगदीश, ये सीगा जी अपने पंडित शारदा राम फलौरी, आप हुणी कीता फलौर दे सी जी मैं थोड़ा दस्या सी। नेक्सट विषय दे चानन बेस्ड ऑन एडविन एमवाल्ड्स द लाइट ऑफ एशिया वॉज ट्रांसलेटेड इन पंजाबी बाय, ट्रांसलेट की सी जी प्रोफेसर मोहन सिंह ने, मैं डायरेक्टली एम सी क्यू ही पाता जी, इस कोई इन्फॉर्मेशन मैंने इन्नी मिली नहीं। नेक्सट हू अमंग द फॉलोइंग इज द ऑथर ऑफ महाकोश, महाकोश की है जी पंजाबी डिक्शनरी है, तो ये ऑथर सी भाई खान सिंह नाभा, नाभे दे सी ते काफ़ी मशहूर हुई सी महाकोश करके। नैक्सट ओके नेक्स्ट है जी भारतीय साहित्य अकेडमी अवार्ड विनर दिलीप कौर टिवाना वॉज अवॉर्डिड दिस ऑनर फॉर विच ऑफ हर राइटिंग्स, तो उन्होंने ये अवार्ड मिला सी फॉर एह हमारा जीवना। नेक्स्ट सुरजीत पात्र वॉज ऑनर्ड विद सरस्वती सम्मान फॉर विच ऑफ द फॉलोइंग वर्कस, सारे वैसे सुरजीत पात्र जी ही ने, तो जो उन्होंने मिले सी वो मिले सी गई लफ्जा की दरगाह वास्ते, ठीक है मैं तुम दस ही कि उन्होंने काफ़ी कुछ जो सी वो वर्ड्स के उपर ही सी जिमें हर्फ वर्ण वाला लफ्ज, ठीक है इस करके इन्होंने मिले सीगा सरस्वती सम्मान फॉर लफ्जा की दरगाह। नैक्सट हू अमंग द फॉलोइंग इज नोन एज नक्कड़दर्दी ऑफ पंजाबी थिएटर, काफ़ी बार कर लिया जी हूँ आपका हूँ लर्न हो गया वो अच्छी तरह, नोरा रिचर्ड्स। नैक्सट नैक्सट सवे पत्र एंड एंथोलॉजी ऑफ पोइम्स इज बाय विच ऑफ द फॉलोइंग पोइट्स, एंथोलॉजी सी जी सवे पत्र प्रोफेसर मोहन सिंह जी की। नैक्सट वट इज़ द नेम ऑफ नानक सिंह ऑटोबायोग्राफी, नानक सिंह जी सी नॉवलिस्ट तो उन्होंने जी ऑटोबायोग्राफी सी मेरी दुनिया, इंपॉर्टेंट है जी। नैक्सट विच इज़ कंसिडर्ड टू बी द फर्स्ट नॉवल इन पंजाबी लिटरेचर, पहला पंजाबी नॉवल केड़ा सी जी अपना सुंदरी, वेरी इंपॉर्टेंट आया हुआ जी एग्जाम्स क्वेश्चन। नैक्सट ओके फाइनली थोड़ा कोर्स ऑन लैंग्वेज एंड लिटरेचर ऑफ पंजाब इतने पूरा होता है, इफ यू लाइक दिस कोर्स डोंट फॉरगेट टू लाइक एंड शेयर दिस वीडियो, टू बी वेरी ऑनेस्ट ये मेरा फर्स्ट वीडियो है, इसमें ज़्यादा तो ज़्यादा लाइक करो तो शेयर करो ताजो मैं मोटिवेट रहा तो होर वीडियोज़ बना सकता, तो चैनल में सबसक्राइब करो तो प्रेस करो बैल आइकन ताजो मेरे नैक्सट वीडियोज़ का थोड़ा नोटिफिकेशन मिलता रहे, एंड यस इट्स योर ओन पंजाब जीके चैनल, नीचे कमेंट करो दसो वीडियो किमें लगी तो नैक्सट कि टॉपिक आप स्टार्ट करिए, थैंक यू फॉर वॉचिंग, मिलते हैं नैक्सट वीडियो।